ਉਹਦੇ ਨਾਲ ਹੀ ਕੱਟਣੀ ਹੈ ਗਰਮੀ ਤੇ ਸਰਦੀ ਮੈਂ ਯੂਜ਼ ਨਹੀਂ ਕਰਕੇ ਛੱਡਦਾ ਉਹਨੂੰ ਰੌਣਕ ਬਣਾਉਂ ਕਰਦੀ ਮੈਂ ਗੱਲ ਉਸ ਨੂੰ ਛੱਡਣ ਵਾਲੀ ਦਿਲ ਚੋਂ ਕੱਢਦੀ ਮੈਂ ਉਹਦੇ ਪਿਆਰ ਦਾ ਨਸ਼ਾ ਬਥੇਰਾ ਤਾਂ ਹੀ ਦਾਰੂ ਛੱਡਦੀ ਤੁਹਾਡਾ ਨਾਮ ਸੁੱਖ ਸਿੱਧੂ ਇੰਨਾ ਵਧੀਆ ਨਾਮ ਹੋ ਗਿਆ ਤੁਸੀਂ ਫਲੌਪ ਲਿਖਾਰੀ ਨਾਮ ਕਿਉਂ ਰੱਖਿਆ ਪਿੰਡ ਵਾਲੇ ਤੇ ਹੋਰ ਸਕੂਲ ਵਾਲੇ ਯਾਰ ਦੋਸਤ ਕਹਿੰਦੇ ਵੀ ਨਹੀਂ ਯਾਰ ਫਲੌਪ ਆ ਤੂੰ ਵੀ ਤੂੰ ਫਲੌਪ ਹੀ ਰਹੇਗਾ ਤੇ ਉੱਥੋਂ ਫਿਰ ਹੌਲੀ ਹੌਲੀ ਨਾਂ ਰੱਖ ਲਿਆ ਫਲੌਪ ਲਿਖਾਰੀ ਤੁਹਾਨੂੰ ਲੱਗਦਾ ਜਦੋਂ ਤੁਸੀਂ ਇੰਡਸਟਰੀ 'ਚ ਪੈਰ ਰੱਖਿਆ ਹੈ ਨਾ ਕਿ ਕਿੰਨਾ ਕੁ ਡਿਫੀਕਲਟ ਹੋਊਗਾ ਤੁਹਾਡੇ ਲਈ ਉਦੋਂ ਲੱਗਿਆ ਯਾਰ ਵੀ ਲੋਕ ਤਾਂ ਚਲਾਕ ਹੀ ਬਹੁਤ ਆ ਮੈਨੂੰ ਤਾਂ ਕੁਛ ਵੀ ਨਹੀਂ ਪਤਾ ਉਦੋਂ ਪਿੰਡ ਵਹਿਮ ਜੀ ਵੀ ਹਾਂ ਮੈਂ ਹੀ ਆ ਫਲੌਪ ਹੀ ਆ ਅਤੇ ਇੱਥੇ ਆ ਕੇ ਪਤਾ ਲੱਗਿਆ ਨਹੀਂ ਰੱਬ ਤਾਂ ਕੁਛ ਵੀ ਨਹੀਂ ਜਦੋਂ ਜਿਹੜੀਆਂ ਚੀਜ਼ਾਂ ਦੇ ਸੁਪਨੇ ਦੇਖੇ ਹੁੰਦੇ ਆ ਜਦੋਂ ਉਹ ਚੀਜ਼ਾਂ ਮਿਲਣ ਲੱਗ ਗਿਆ ਨਾ ਉੱਥੋਂ ਨੂੰ ਪਤਾ ਅੰਦਰੋਂ ਖੁਸ਼ੀ ਆਉਂਦੀ ਆ ਤੁਹਾਡੀ ਜਿਹੜੀ ਆਪਣੀ ਲਿਖੀ ਹੋਈ ਸ਼ਾਇਰੀ ਸਭ ਤੋਂ ਫੇਵਰੇਟ ਕਿਹੜੀ ਹੈ ਆ ਕਹਿੰਦੀ ਸੀ ਰੈੱਡ ਪਸੰਦ ਨਹੀਂ ਲਹਿੰਗਾ ਪੀਚ ਕਲਰ ਦਾ ਪਾਉਂਗੀ ਮਹਿੰਦੀ ਲਾ ਕੇ ਹੱਥ ਬਚਾਲੇ ਤੇਰਾ ਨਾਮ ਲਿਖਾਉਂਗੀ ਮੇਰੇ ਨਾਲ ਸੁੱਖ ਦੁੱਖ ਦੇਖਣ ਵਾਲੇ ਕਿੱਧਰ ਗਏ ਤੇਰੇ ਵਾਅਦੇ ਨਹੀਂ ਮੁੰਡਾ ਟੁੱਟ ਕੇ ਚੂਰੋ ਚੂਰ ਹੋਇਆ ਦੁੱਖ ਦੇਗੀ ਇੰਨੇ ਜ਼ਿਆਦੇ ਨਹੀਂ ਮੇਰੇ ਨਾਲ ਜੋ ਸੁਪਨੇ ਦੇਖਦੀ ਸੀ ਅੱਜ ਗੈਰਾਂ ਦੇ ਨਾਲ ਪੂਰਦੀ ਹੈ ਜਦੋਂ ਨਵਾਂ ਯਾਰ ਤੇਰਾ ਤੰਗ ਕਰਦਾ ਉਹਨੂੰ ਵੀ ਉਵੇਂ ਕੂਰਦੀ ਹੈ ਤਾਂ ਕਿੱਦਾਂ ਕਿੱਦਾਂ ਦੇ ਕਮੈਂਟਸ ਵੈਸੇ ਜ਼ਿਆਦਾਤਰ ਕੁੜੀਆਂ ਤੁਹਾਨੂੰ ਕਰਦੀਆਂ ਨੇ ਗਾਲਾਂ ਵੀ ਆ ਜਾਂਦੀਆਂ ਕਦੇ ਕਦੇ ਸਨੈਪਚੈਟ 'ਤੇ ਕਦੇ ਕਦੇ ਧੱਕਾ ਵੀ ਹੋ ਜਾਂਦਾ ਵਿਆਹ ਕਰਾਉਂਗੀ ਸਿੱਧਾ ਲਵ ਯੂ ਸੁੱਖ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪੋਟਲੀ ਦੇ ਦਾ ਮੈਂ ਹਾਂ ਤੁਹਾਡੀ ਹੋਸਟ ਅਤੇ ਦੋਸਤ ਹਿਮਾਂਸ਼ੀ ਅੱਜ ਸਾਡੇ ਸਟੂਡੀਓ ਰੂਬਰੂ ਕਰਾਨੀ ਹਾਂ ਤੁਹਾਨੂੰ ਇੱਕ ਐਸੇ ਆਰਟਿਸਟ ਨਾਲ ਜਿਨ੍ਹਾਂ ਦਾ ਨਾਮ ਹੈ ਸੁੱਖ ਸਿੱਧੂ ਜੀ ਹਾਂ ਇਹਨਾਂ ਦੇ ਚਾਹੁਣ ਵਾਲੇ ਇਹਨਾਂ ਨੂੰ ਸ਼ਾਇਦ ਇਸ ਨਾਮ ਤੋਂ ਜਾਣਦੇ ਹੋਣ ਪਰ ਇਹਨਾਂ ਦੀ ਜਿਹੜੀ ਆਡੀਅੰਸ ਹੈ ਉਹ ਇਹਨਾਂ ਨੂੰ ਫਲੌਪ ਲਿਖਾਰੀ ਦੇ ਨਾਂ ਤੋਂ ਜਾਣਦੀ ਹੈ ਤਾਂ ਆਓ ਗੱਲਬਾਤ ਸ਼ੁਰੂ ਕਰਦੇ ਹਾਂ ਫਲੌਪ ਲਿਖਾਰੀ ਨਾਲ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਵੈਲਕਮ ਸਾਰੀ ਆਡੀਅੰਸ ਦਾ ਜਿਹੜੇ ਇੰਟਰਵਿਊ ਦੇਖ ਰਹੇ ਆ ਪਹਿਲਾ ਕੁਐਸਚਨ ਮੇਰਾ ਇਹੀ ਹੈ ਕਿ ਤੁਹਾਡਾ ਨਾਮ ਸੁੱਖ ਸਿੱਧੂ ਇੰਨਾ ਵਧੀਆ ਨਾਮ ਹੋ ਗਿਆ ਤੁਸੀਂ ਫਲੌਪ ਲਿਖਾਰੀ ਨਾਮ ਕਿਉਂ ਰੱਖਿਆ ਉਹ ਦੇਖੋ ਹਰੇਕ ਚੀਜ਼ ਦੇ ਪਿੱਛੇ ਕੁਛ ਨਾ ਕੁਛ ਹੁੰਦਾ ਨਾ ਸਟੋਰੀ ਹੁੰਦੀ ਆ ਅਤੇ ਇਹ ਵੀ ਸਾਡੀ ਸਟੋਰੀ ਸੀ ਮੈਂ ਅਤੇ ਮੇਰਾ ਭਰਾ ਰਬਾਬ ਪੀਵੀ ਕੱਤੀ ਦੋਨਾਂ ਨੇ ਇਕੱਠੇ ਨੇ ਸਟਾਰਟ ਕੀਤਾ ਸੀ ਕੰਮ ਦੈਨ ਹੌਲੀ ਹੌਲੀ ਲਿਖ ਕੇ ਪਾਉਣ ਲੱਗ ਗਏ ਸੀਗੇ ਆਪਾਂ ਇੰਟਰਨੈਟ 'ਤੇ ਅਤੇ ਉਦੋਂ ਫਿਰ ਪਿੰਡ ਵਾਲੇ ਅਤੇ ਹੋਰ ਸਕੂਲ ਵਾਲੇ ਯਾਰ ਦੋਸਤ ਕਹਿੰਦੇ ਵੀ ਨਹੀਂ ਯਾਰ ਫਲੌਪ ਆ ਤੂੰ ਵੀ ਤੂੰ ਫਲੌਪ ਹੀ ਰਹੇਗਾ ਅਤੇ ਉੱਥੋਂ ਫਿਰ ਹੌਲੀ ਹੌਲੀ ਨਾਂ ਰੱਖ ਲਿਆ ਫਲੌਪ ਲਿਖਾਰੀ ਖੈਰ ਸਜੈਸ਼ਨ ਮੇਰੇ ਭਰਾ ਦੀ ਸੀ ਰਬਾਬ ਦੀ ਕਹਿੰਦਾ ਫਲੌਪ ਰੱਖ ਦਿੰਦੇ ਤੇਰਾ ਨਾਮ ਫਿਰ ਟੈਟੂ ਬਣਵਾ ਲਿਆ ਸੀਗੇ ਇੱਥੇ ਬਾਂਹ 'ਤੇ ਅਤੇ ਫਿਰ ਪਿੱਛੇ ਮੁੜਨ ਦਾ ਕੋਈ ਚਾਂਸ ਹੀ ਨਹੀਂ ਸੀ ਜਿਹੜੇ ਟੈਟੂ ਕਰਵਾ ਲਿਆ ਸੀ ਤਾਂ ਇੱਥੋਂ ਨਾਮ ਦੀ ਸ਼ੁਰੂਆਤ ਹੋ ਗਈ ਫਲੌਪ ਲਿਖਾਰੀ ਤੁਹਾਨੂੰ ਕਦੀ ਲੱਗਿਆ ਕਿ ਫਲੌਪ ਲਿਖਾਰੀ ਨਾਮ ਅਗਰ ਨਾ ਚੱਲਿਆ ਫਿਰ ਹੁੰਦੀ ਆ ਬੰਦਾ ਥੋੜ੍ਹਾ ਬਹੁਤ ਇਨਸਿਕਿਓਰ ਹੁੰਦੀ ਆ ਵੀ ਐਂ ਹੋ ਗਿਆ ਉੱਦਾਂ ਹੋ ਗਿਆ ਪਰ ਇੱਕ ਆਪਦੇ ਮਨ 'ਚ ਹੈਗਾ ਸੀਗਾ ਯਕੀਨ ਜਿਹਾ ਬਾਬਾ ਜੀ 'ਤੇ ਵੀ ਯਕੀਨ ਸੀ ਅਤੇ ਆਪਦੇ ਲਿਖਤ 'ਤੇ ਵੀ ਸੀਗਾ ਵੀ ਹਾਂ ਆਪਾਂ ਵਧੀਆ ਕਰਾਂਗੇ ਇੰਨਾ ਕੁਛ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੀ ਸ਼ੁਰੂਆਤ ਹੋਈ ਇਸ ਕਰੀਅਰ ਦੀ ਕਦੋਂ ਤੋਂ ਤੁਸੀਂ ਇਹਦੀ ਸ਼ੁਰੂਆਤ ਕੀਤੀ ਹੈ ਉੱਦਾਂ ਲਿਖ ਤਾਂ ਅਸੀਂ ਰਹੇ ਹਾਂ ਮਤਲਬ 7th-8th class 'ਚ ਲਿਖਣ ਲੱਗ ਗਏ ਸੀ ਉਦੋਂ ਪੋਈਮਾਂ ਸੁਣਾ ਦਿੰਦੇ ਸੀ ਜਿਹੜਾ ਆਪਣਾ ਸਕੂਲ 'ਚ ਹੁੰਦੇ ਆ ਫੰਕਸ਼ਨ ਵਗੈਰਾ ਫਿਰ ਯਾਰਾਂ ਦੋਸਤਾਂ ਨੂੰ ਸੁਣਾਉਣ ਲੱਗ ਗਏ ਸੀ ਲਿਖ ਲਿਖ ਕੇ ਸੈਡ ਹੋਰ ਯਾਰਾਂ ਦੋਸਤਾਂ 'ਤੇ ਉੱਦਾਂ ਜਿਹੜਾ ਮਤਲਬ ਇੰਡਸਟਰੀ 'ਚ ਆਇਆ ਉਹ 2-2.5 ਸਾਲ ਹੋ ਗਏ ਆਇਆ ਨੂੰ ਇਹ ਸਭ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਇਸ ਚੀਜ਼ ਦੀ ਤੁਹਾਨੂੰ ਲੱਗਿਆ ਕਿ ਹਾਂ ਇਹ ਚੀਜ਼ ਅੱਗੇ ਚੱਲੂਗੀ ਹਾਂਜੀ ਬਿਲਕੁਲ ਯਕੀਨ ਸੀਗਾ ਕਿਉਂਕਿ ਰਿਸਪੋਂਸ ਬਹੁਤ ਸੋਹਣਾ ਆ ਰਿਹਾ ਸੀ ਆਡੀਅੰਸ ਦਾ ਮਤਲਬ ਹੱਲਾਸ਼ੇਰੀ ਜਿੰਨੀ ਕੁ ਮੋਟੀਵੇਸ਼ਨ ਘਰਦਿਆਂ ਤੋਂ ਮਿਲੀ ਹੈ ਯਾਰਾਂ ਦੋਸਤਾਂ ਤੋਂ ਉਹ ਲਾ ਲਓ ਬਾਕੀ ਜਿਹੜੇ ਹੋਰ ਲੋਕ ਨੇ ਇੰਸਟਾਗ੍ਰਾਮ 'ਤੇ ਯੂਟਿਊਬ 'ਤੇ ਉਹ ਵੀ ਬਹੁਤ ਪਿਆਰ ਦੇਣ ਲੱਗ ਗਏ ਸੀਗੇ ਸੋ ਆਪਦੇ ਦਿਲ 'ਚ ਹੈਗੀ ਸੀਗਾ ਯਕੀਨ ਹੈਗੀ ਸੀ ਵੀ ਹਾਂ ਚੱਲ ਜਾਂਗੇ ਕੰਮ ਵਧੀਆ ਚੱਲੂਗਾ ਤੁਸੀਂ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਤੁਸੀਂ 7th-8th class ਤੋਂ ਸ਼ੁਰੂ ਕੀਤੀ ਹੈ ਚੀਜ਼ ਤਾਂ ਕੀ ਲਿਖਿਆ ਸੀ ਉਸ ਟਾਈਮ ਤੁਸੀਂ ਉਦੋਂ ਤਾਂ ਤੁਹਾਨੂੰ ਦੱਸਿਆ ਜਿੱਦਾਂ ਪੋਈਮਾਂ ਲਿਖ ਦਿੰਦੇ ਸੀ ਫਿਰ ਬਾਕੀ ਜਦੋਂ ਹਾਰਮੋਨ ਜੀ ਚੇਂਜ ਹੁੰਦੇ ਆ ਬੰਦੇ ਤੁਹਾਨੂੰ ਪਤਾ ਉਦੋਂ ਹੁੰਦਾ ਕਿਸੇ ਨਾਲ ਅਟਰੈਕਸ਼ਨ ਹੋ ਜਾਂਦੀ ਹੈ ਹੋਰ ਉਹ ਰਿਲੇਟਡ ਚੀਜ਼ਾਂ ਲਿਖੀਆਂ ਸੀ ਪਿਆਰ ਮੁਹੱਬਤ ਤੋਂ ਹੁਣ ਵੀ ਜ਼ਿਆਦਾ ਪਿਆਰ ਮੁਹੱਬਤ ਹੀ ਲਿਖਦੇ ਹਾਂ ਪਰ ਉਦੋਂ ਥੋੜ੍ਹਾ ਜ਼ਿਆਦਾ ਸੀਗਾ ਤਾਂ ਸਭ ਤੋਂ ਪਹਿਲਾਂ ਕਿਹਨੂੰ ਸੁਣਾਈ ਸੀ ਆਪਣੀ ਸ਼ਾਇਰੀ ਜੋ ਵੀ ਲਿਖਿਆ ਸੀ ਤੁਸੀਂ ਉਸ ਟਾਈਮ ਹਾਂਜੀ ਉਦੋਂ ਕਲਾਸਮੇਟ ਹੁੰਦਾ ਸੀ ਮੇਰਾ ਮੁੰਡਾ ਸਤਨਾਮ ਸੱਤ ਅੱਜ ਵੀ ਵਧੀਆ ਉਹਦੇ ਨਾਲ ਯਾਰੀ ਦੋਸਤੀ ਆ ਅਤੇ ਉਹਨੂੰ ਸੁਣਾਈ ਸੀ ਯਾਰ ਨਾਲ ਪਹਿਲਾਂ ਅਤੇ ਉਹਨੇ ਬਹੁਤ ਵਧੀਆ ਮਤਲਬ ਮੋਟੀਵੇਸ਼ਨ ਦਿੱਤੀ
ਫਿਰ ਰਬਾਬ ਵੀ ਲਿਖਦਾ ਹੁੰਦਾ ਸੀਗਾ। ਮੈਂ ਕਿਹਾ ਵੀ ਸਮਝਦੇ ਹੋ ਤੁਸੀਂ ਇੱਕ ਸ਼ਾਇਰ ਨੂੰ ਦੂਜਾ ਸ਼ਾਇਰ ਚੰਗੀ ਤਰ੍ਹਾਂ ਸਮਝ ਸਕਦਾ। ਜੀ ਤੇ ਫਿਰ ਮੈਂ ਉਹਨੂੰ ਸੁਣਾਇਆ, ਮੈਂ ਕਿਹਾ ਰਬਾਬ ਐਂ ਕਰਕੇ ਮੈਂ ਆਹ ਚੀਜ਼ਾਂ ਲਿਖੀਆਂ, ਤੂੰ ਦੱਸ ਵੀ ਕਿੱਦਾਂ ਸੱਚੀ ਓਨੈਸਟਲੀ, ਵੀ ਐਂ ਨਹੀਂ ਵੀ ਮੈਂ ਤੇਰਾ ਯਾਰ ਦੋਸਤ ਹਾਂ ਵੀ ਉਹ ਵੀ ਹਾਫ ਤੇ ਉਸੇ ਤੋਂ। ਮੈਂ ਕਿਹਾ ਸੱਚੀ ਅਸੀਂ, ਤੇ ਉਹਨੂੰ ਬਹੁਤ ਵਧੀਆ ਲੱਗੀਆਂ। ਤੇ ਉਹ ਟਿਕਟੋਕ ਤੇ ਪਾਉਂਦਾ ਹੁੰਦਾ ਸੀ ਬੋਲ ਕੇ, ਮੇਰੇ ਤਾਂ ਉਦੋਂ ਹਲੇ ਸਟਾਰਟਿੰਗ ਹੋਈ ਨਹੀਂ ਸੀ ਨਾ, ਉਹ ਪਾਉਂਦਾ ਹੁੰਦਾ ਸੀਗਾ ਤੇ ਉਹਨੇ ਇੱਕ ਦੋ ਚੀਜ਼ਾਂ ਵੀ ਪਾਈਆਂ ਮੇਰੀਆਂ ਲਿਖੀਆਂ ਹੋਈਆਂ। ਉਹ ਤੋਂ ਬਹੁਤ ਜ਼ਿਆਦਾ ਮੋਟੀਵੇਸ਼ਨ ਹੋ ਗਈ। ਕੁਛ ਚੀਜ਼ ਜਿਹੜੀ ਉਹਨਾਂ ਨੇ ਤੁਹਾਨੂੰ ਡੈਡੀਕੇਟ ਕੀਤੀ ਹੋਈ ਕੁਛ ਸੁਣਾ ਦਿਓ। ਉਹਨਾਂ ਨੇ ਡੈਡੀਕੇਟ ਕੀਤੀ ਹਾਂ ਉਦਾਂ ਜਿਹੜੀ ਮਤਲਬ ਪਹਿਲਾ ਸ਼ੇਅਰ ਆ ਜਿਹੜਾ ਵਧੀਆ ਰੀਚ ਆਇਆ ਸੀਗਾ, ਜੀ ਜਿਹੜਾ ਜੀ ਜ਼ਿਆਦਾ ਪਸੰਦ ਕੀਤਾ ਸੀ ਲੋਕਾਂ ਨੇ, ਉਹ ਇਦਾਂ ਸੀਗਾ ਕਹਿੰਦਾ, ਮੇਰੇ ਸਿਵਿਆਂ ਦੀ ਰਾਖ ਉਹਦੇ ਪਿੰਡ ਦੀ ਨਹਿਰ 'ਚ ਰੋੜ ਦੇਣਾ, ਅਲਮਾਰੀ ਵਿੱਚ ਪਿਆ ਟੈਡੀ ਉਹਦਾ ਉਹ ਵੀ ਉਹਨੂੰ ਮੋੜ ਦੇਣਾ, ਯਾਰੋ ਜਸ਼ਨ ਮਨਾਇਓ ਮੇਰੀ ਮੌਤ ਦਾ, ਕਿਤੇ ਹੰਝੂ ਬਣ ਕੇ ਡੁੱਲ ਜਿਓ ਨਾ, ਮੇਰੀ ਮੱਟੀ ਬਣਾਇਓ ਤੇ ਘਰ ਮੂਰੇ ਉੱਤੇ ਆਸ਼ਕ ਲਿਖਣਾ ਭੁੱਲ ਜਿਓ ਨਾ, ਉੱਤੇ ਆਸ਼ਕ ਲਿਖਣਾ ਭੁੱਲ ਜਿਓ ਨਾ। ਅੱਛਾ, ਇਹ ਸ਼ਾਇਰੀ ਤੁਸੀਂ ਜਦੋਂ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਸੁਣਾਈ, ਉਹਨਾਂ ਦਾ ਕੀ ਰਿਐਕਸ਼ਨ ਸੀ? ਉਹਨਾਂ ਦਾ ਮਾਤਾ ਬਹੁਤ ਖੁਸ਼ ਸੀਗੇ, ਜੀ ਕਹਿੰਦੇ ਵੀ ਹਾਂ ਚੱਲ ਮੁੰਡੇ 'ਚ ਕੋਈ ਡਿਫਰੈਂਟ ਜੀ ਸਕਿੱਲ ਹੈਗੀ ਆ। ਬਾਕੀ ਜਿੱਥੋਂ ਤੱਕ ਸਪੋਰਟ ਦੀ ਗੱਲ ਰਹੀ ਆ, ਸਪੋਰਟ ਬਹੁਤ ਜ਼ਿਆਦਾ ਕੀਤਾ ਫੈਮਿਲੀ ਨੇ, ਉਦੋਂ ਵੀ ਉਹਨਾਂ ਨੇ ਮੋਟੀਵੇਟ ਕੀਤਾ, ਬਾਪੂ ਜੀ ਨੇ ਵੀ ਮੋਟੀਵੇਟ ਕੀਤਾ। ਬਾਕੀ ਚਲੋ ਜਿਹੜੇ ਦਾਦੀ ਹੁੰਦੇ ਆ ਉਹਨਾਂ ਨੂੰ ਤਾਂ, ਉਹਨਾਂ ਤਾਂ ਸਮਝ ਤੋਂ ਬਾਹਰ ਹੀ ਸੀ ਗੱਲ ਵੀ ਕੀ ਹੈਗਾ। ਤੇ ਬਾਕੀ ਮਾਤਾ ਬਾਪੂ ਵੱਲੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਅੱਜ ਤੱਕ, ਜਿੰਨੀ ਕਹਿ ਸਕਦੇ ਆ ਆਪਾਂ ਉਨੀ। ਉਹਨਾਂ ਨੇ ਕਦੀ ਨੈਗੇਟਿਵ ਫੀਡਬੈਕ ਤਾਂ ਨਹੀਂ ਦਿੱਤੀ ਕਰਦੇ ਨੇ ਕਿ ਤੂੰ ਕਿਹੜੇ ਕੰਮਾਂ 'ਚ ਪੈ ਗਿਆ, ਨਹੀਂ ਕੁਝ ਨਹੀਂ ਹੋਰ ਕਰ ਲੈ? ਨੈਗੇਟਿਵ ਤਾਂ ਨਹੀਂ, ਨੈਗੇਟਿਵ ਤਾਂ ਨਹੀਂ, ਕਦੇ ਵੀ ਨਹੀਂ। ਮਤਲਬ ਜੇ ਮੇਥੋਂ ਕੋਈ ਗਲਤੀ ਵੀ ਹੁੰਦੀ ਆ ਉਹ ਮੈਨੂੰ ਗਾਈਡ ਕਰ ਦਿੰਦੇ ਸੀ ਵੀ ਇਦਾਂ ਨਹੀਂ ਵੀ ਤੂੰ ਗਲਤ ਫੀਲਡ 'ਚ ਆ, ਇਹ ਵੋ। ਲੋਕਾਂ ਨੇ ਬਹੁਤ ਕੁਛ ਆਖਿਆ, ਤੈਨੂੰ ਪਤਾ ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਕਿਸੇ ਚੀਜ਼ ਦੀ, ਸਾਨੂੰ ਪਹਿਲਾਂ ਡਿਸਟਰੈਕਸ਼ਨ ਲੋਕ ਹੀ ਹੁੰਦੇ ਆ ਜਿਹੜਾ ਰੁਕਾਵਟ ਪੈਦਾ ਕਰਦੇ ਆ ਨਾ। ਤੇ ਬਾਕੀ ਉਹਨਾਂ ਨੇ ਕਦੇ ਵੀ ਕਿਸੇ ਦੀ ਗੱਲ 'ਚ ਆ ਕੇ ਮੈਨੂੰ ਰੋਕਿਆ ਨਹੀਂ, ਕਿਸੇ ਚੀਜ਼ ਤੋਂ ਟੋਕਿਆ ਨਹੀਂ, ਮਤਲਬ ਸਗੋਂ ਦੀ ਮੈਨੂੰ ਮੋਟੀਵੇਟ ਹੀ ਕੀਤਾ ਹਰੇਕ ਚੀਜ਼ ਵਾਸਤੇ। ਤਾਂ ਵੀ ਤੁਸੀਂ ਆਪਣੇ ਆਪ ਨੂੰ ਕਾਫੀ ਲੱਕੀ ਮੰਨਦੇ ਹੋ ਕਿ ਮੈਂ ਤੁਹਾਡੇ ਬਹੁਤ ਲੱਕੀ ਪੇਰੈਂਟਸ? ਮੰਨਦਾ ਗੱਲੋਂ ਵੀ ਬਾਬਾ ਜੀ ਨੇ ਮੈਨੂੰ ਇੰਨੇ ਵਧੀਆ ਪੇਰੈਂਟਸ ਦਿੱਤੇ ਹਨ, ਜੀ ਜਿੰਨਾ ਵੀ ਯਾਰ ਦੋਸਤ ਆ ਉਹ ਵੀ ਕਹਿੰਦੇ ਹੁੰਦੇ ਵੀ ਹਾਂ ਯਾਰ ਤੇਰੇ ਮੰਮੀ ਡੈਡੀ ਸੱਚੀ ਘੈਂਟ ਆ। ਕਿਉਂਕਿ ਤੁਹਾਨੂੰ ਪਤਾ ਯਾਰੀਆਂ ਦੋਸਤੀਆਂ ਮੁੰਡਿਆਂ ਨੂੰ ਸਾਰਿਆਂ ਨਾਲੋਂ ਪ੍ਰਾਇਓਰਟੀ ਯਾਰੀ ਦੋਸਤੀ ਨੂੰ ਦਿੰਦੇ ਆ। ਜੀ ਆਪਣੇ ਘਰੇ 7-8 ਮੁੰਡੇ ਤਾਂ ਹੀ ਰਹਿੰਦੇ ਆ, ਦੋ ਚਾਰ ਘਰੇ ਕੋਈ ਪੈ ਗਿਆ, ਕਦੇ ਮੈਂ ਕਿਸੇ ਦੇ ਪੈ ਗਿਆ, ਵੀ ਇਦਾਂ ਇਦਾਂ ਵੀ ਕਦੇ ਐਂ ਨਹੀਂ ਹੋਇਆ ਵੀ ਮੈਂ ਇੰਨਿਆਂ ਨੂੰ ਰੋਟੀ ਕਿੱਥੋਂ ਖਵਾਊਂ, ਜੀ ਇੰਨੇ ਕਿੱਧਰ ਆ ਗਏ, ਮੈਂ ਕਿੱਦਾਂ, ਨਹੀਂ ਉਹਨਾਂ ਨੂੰ ਚਾਅ ਚੜ ਜਾਂਦਾ ਸਭ ਦੀ ਵੀ ਹਾਂ ਇਹ ਵੀ ਮੇਰੇ ਮੁੰਡੇ ਨੇ। ਜੀ ਇਹ ਤਾਂ ਗੱਲ ਹੈ। ਜਦੋਂ ਤੁਹਾਡੀ ਸ਼ਾਇਰੀ ਵਧਣ ਲੱਗ ਗਈ ਹੋਰ, ਹੈ ਨਾ, ਲੋਕੀ ਪਸੰਦ ਕਰਨ ਲੱਗ ਗਏ, ਤੁਹਾਡਾ ਕੀ ਰਿਐਕਸ਼ਨ ਸੀ ਕਿ ਹਾਂ ਹੁਣ ਤਾਂ ਮੇਰਾ ਕਾਫੀ ਨਾਮ ਹੋ ਗਿਆ? ਹਾਂਜੀ ਮੈਂ ਬਹੁਤ ਖੁਸ਼ ਸੀਗਾ, ਕਿਉਂਕਿ ਜਦੋਂ ਜਿਹੜੀਆਂ ਚੀਜ਼ਾਂ ਦੇ ਸੁਪਨੇ ਦੇਖੇ ਹੁੰਦੇ ਆ, ਜੀ ਜਦੋਂ ਉਹ ਚੀਜ਼ਾਂ ਮਿਲਣ ਲੱਗ ਜਾਣ, ਉਹ ਤੁਹਾਨੂੰ ਪਤਾ ਅੰਦਰੋਂ ਅੰਦਰੋਂ ਖੁਸ਼ੀ ਆਉਂਦੀ ਆ, ਤੇ ਮੈਨੂੰ ਵੀ ਅੰਦਰੋਂ ਖੁਸ਼ੀ ਹੋਈ ਸੀ। ਮੈਂ ਕਿਹਾ ਸਹੀ ਗੱਲ ਆ, ਚੱਲ ਬਾਬ ਵੀ ਸਹੀ ਕਹਿੰਦੇ ਆ ਲੋਕ ਵੀ ਜਿਹੜੀ ਚੀਜ਼ ਨੂੰ ਆਪਾਂ ਜਿਹੜੀ ਚੀਜ਼ ਨੂੰ ਟਾਈਮ ਦੇਈਏ ਅੰਦਰੋਂ ਦਿਲੋਂ ਚਾਹੀ ਵੀ ਆ ਉਹ ਮਿਲਦੀ ਆ, ਉਹ ਵੀ ਮਿਲਦੀ ਮਿਲਦੀ ਆ। ਤਾਂ ਸਭ ਤੋਂ ਪਹਿਲਾਂ DM ਕੀ ਦਾ ਸੀ ਤੁਹਾਨੂੰ? ਦੇਖੋ DM ਤਾਂ ਨਹੀਂ ਯਾਦ ਕੀਤਾ ਆਇਆ ਸੀਗਾ, ਪਰ ਐਂ ਵੀ ਜਿਹੜਿਆਂ ਦਾ ਉਦੋਂ ਆਏ ਸੀ ਮੈਸੇਜ ਉਹ ਹਾਲੇ ਤੱਕ ਜੁੜੇ ਹੋਏ ਆ, 2-2.5 ਸਾਲ ਹੋ ਗਏ ਵੀ ਉਹ ਐਂ ਨਹੀਂ ਵੀ ਹਨਾ। ਤੇ ਮੈਂ ਵੀ ਜਿਹੜਿਆਂ ਨੇ ਮੇਰੀ ਉਹ ਟਾਈਮ 'ਚ ਹੈਲਪ ਕੀਤੀ ਆ, ਮੈਨੂੰ ਮੋਟੀਵੇਟ ਕੀਤਾ, ਉਹ ਅੱਜ ਤੱਕ ਨਾਲ ਹੀ ਨੇ ਵੀ ਨਾਲ ਹੀ ਰਹਿਣਗੇ ਅੱਗੇ ਵੀ। ਬਾਬਾ ਜਿੰਨਾ ਵੀ ਲੈਵਲ ਵਧਾਊਗਾ ਆਪਾਂ ਉਨੀ ਨਹੀਂ ਵਹਿੰਦੇ ਜਾਵਾਂਗੇ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਹਾਂ ਉਸ ਟਾਈਮ ਹਾਰਮੋਨਲ ਚੇਂਜ ਹੁੰਦੇ ਆ, ਅਟ੍ਰੈਕਸ਼ਨ ਹੋਈ, ਮਤਲਬ ਤੁਹਾਨੂੰ ਵੀ ਪਿਆਰ ਹੋਇਆ ਕਦੀ? ਨਹੀਂ ਦੇਖੋ ਪਿਆਰ ਤਾਂ ਸਾਰਿਆਂ ਨੂੰ ਹੁੰਦਾ, ਜੀ ਬੰਦਾ ਮੰਨੇ ਨਾ ਮੰਨੇ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਬੰਦੇ ਨੂੰ ਪਿਆਰ ਨਹੀਂ ਹੋਊਗਾ, ਪਿਆਰ ਸਾਰਿਆਂ ਨੂੰ ਹੁੰਦਾ, ਆਪਾਂ ਨੂੰ ਵੀ ਹੋਇਆ ਸੀ ਚੱਲੋ ਨਾ, ਉਹ ਟਾਈਮ ਦੀ ਗੱਲ ਰਹੇਗੀ। ਕਿਉਂਕਿ ਜਿਹੜਾ ਪਹਿਲੀ ਦੂਜੀ ਪਹਿਲੀ ਆਰ ਵਾਲਾ ਹੁੰਦਾ ਮੈਂ ਤਾਂ ਉਹਨੂੰ ਮੰਨਦਾ ਨਹੀਂ, ਉਹ ਤਾਂ ਬੰਦਾ ਸਿੱਖਦਾ ਹੀ ਆ ਸਗੋਂ ਦੀ ਵੀ ਪਿਆਰ ਹੁੰਦਾ ਕੀ ਆ, ਕਿਸੇ ਨੂੰ ਵਧੀਆ ਤਰੀਕੇ ਨਾਲ ਸਿਖਾ ਦਿੰਦਾ, ਕਿਸੇ ਨੂੰ ਬਸ ਠੀਕ ਹੀ ਆ। ਸਮਝਦੇ ਹੋ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ, ਪਰ ਵੀ ਵਧੀਆ ਰਿਹਾ ਸਾਰਾ ਕੁਝ ਜਿੰਨਾ ਵੀ ਸੀਗਾ। ਤਾਂ ਤੁਹਾਡਾ ਪਿਆਰ ਤੁਹਾਨੂੰ ਕੀ ਸਿਖਾ ਕੇ ਗਿਆ? ਬਸ ਜਿਹੜਾ ਲੋਕਾਂ ਨੂੰ ਸਿਖਾਉਂਦਾ ਹੁੰਦਾ ਵੀ ਪਹਿਲੀ ਗੱਲ ਯਕੀਨ ਨਾ ਕਰੋ ਕਿਸੇ ਤੇ, ਦੂਜੀ ਗੱਲ ਪਿਆਰ ਹੈ ਕੀ, ਪਿਆਰ ਕਰਨਾ ਕਿੱਦਾਂ, ਕਾਫੀ ਕੁਛ ਸਿਖਾ ਕੇ ਗਿਆ। ਬਾਕੀ ਮੈਂ ਨਹੀਂ ਮੰਨਦਾ ਵੀ ਯਾਰ ਪਹਿਲੀ ਯਾਰ ਜਿਹੜਾ ਹੁੰਦਾ ਉਹ ਸੱਚੀ ਪਿਆਰ ਆ, ਉਹ ਅਟਰੈਕਸ਼ਨ ਹੀ ਮੰਨ ਸਕਦੇ ਆਪਾਂ, ਜ਼ਰੂਰੀ ਨਹੀਂ ਸਾਰਿਆਂ ਨਾਲ ਨਹੀਂ ਹੁੰਦਾ, ਪਰ ਮੇਰੇ ਨਾਲ ਹੀ ਹੋਇਆ, ਮੈਨੂੰ ਅਟਰੈਕਸ਼ਨ ਹੀ ਲੱਗ ਰਹੀ ਆ ਉਹ, ਜਿੱਦਾਂ ਤੁਹਾਨੂੰ ਦੱਸਿਆ ਹਾਰਮੋਨ ਚੇਂਜ ਹੁੰਦੇ ਆ ਨਾ, ਉਹ ਅਟਰੈਕਸ਼ਨ ਹੀ ਸੀ, ਉਹ ਪਿਆਰ ਨਹੀਂ ਸੀਗਾ। ਫਿਰ ਵੀ ਕਦੀ ਹੁਣ ਤੁਹਾਨੂੰ ਲੱਗਿਆ ਹੋਵੇ ਕਿ ਕਾਸ਼ ਉਹ ਇਨਸਾਨ ਮੇਰੇ ਕੋਲ ਹੁੰਦਾ?
की कह सकते हैं, मतलब कांटेक्ट च तां हैगी आ ना, मैं कदे मैसेज कीता ना उन्होंने कदे मैसेज कीता, ते करना भी नहीं चाहते क्योंकि उदो भी नहीं कुछ हैगा सी ना दिल च ना होना गा। मैं बढ़िया जिदा भी हैगी है लाइफ खुश हाँ। मतलब वो थादी शायरी तो सुनते ही होंगे। हाँ शायरी सुनते होंगे ऑब्वियस जी गल आ। बाकी मैनू होर भी जिहड़े क्लासमेट सी कुड़ियां उन्होंने भी मैसेज आते हैं कि सुख वधिया कर रहे हैं ना, ते अगे भी इदा ही करता रहा भी वधिया, बाबा तरक्कियां बख्शे, आते रहते फीडबैक सारे दे। ਜਿਵੇਂ ਤੁਹਾਡੀ ਸ਼ਾਇਰੀ ਜ਼ਿਆਦਾਤਰ ਸੈਡ ਰੋਮਾਂਟਿਕ ਟਾਈਪ ਹੁੰਦੀ हाँ ਹੈ ਨਾ, जी ਮਤਲਬ ਇਹ ਤੁਸੀਂ ਸਪੈਸਿਫਿਕ ਥੀਮ ਰੱਖੀ ਹੈ ਇਹਦੀ ਕਿ ਇਦਾਂ ਦੀ ਸ਼ਾਇਰੀ ਆ ਲੋਕੀ ਸੁਣਨੀ ਪਸੰਦ ਕਰਨਗੇ। ਕਹਿਣਾ ਇਹਦੇ ਵੀ ਦੋ ਰੀਜ਼ਨ ਆ। ਜੀ ਇੱਕ ਤਾਂ ਹਰੇਕ ਬੰਦੇ ਦਾ ਟੇਸਟ ਹੁੰਦਾ ਆਪਾਂ ਕਹਿ ਸਕਦੇ ਹਾਂ ਨਾ, ਵੀ ਮੈਨੂੰ ਸੈਡ ਹੀ ਲਿਖਣਾ ਪਸੰਦ ਆ, ਫਰੋਮ ਡੇ ਵਨ ਸੈਡ ਹੀ ਲਿਖਦਾ ਮੈਂ, ਤੇ ਮੈਂ ਰੋਮਾਂਟਿਕ ਜੀ ਲਿਖਣ ਵੀ ਹੋਇਆ ਜਾ ਆਪਾਂ ਕਹਿ ਦਿੰਦੇ ਵੀ ਹਾਂ ਹੱਥਾਂ 'ਚ ਹੱਥ ਹੋਵੇ, ਮੇਰੇ ਧਿਆਨ ਦੂਜੇ ਪਾਸੇ ਆ ਜਾਂਦਾ ਵੀ ਹੱਥ ਛਿੜਾ ਗਈ, ਮਤਲਬ ਵੀ ਸੈਡ ਹੀ ਲਿਖ ਰਿਹਾ, ਸੈਡ ਹੀ ਪਹਿਲਾਂ ਲਿਖਦਾ ਸੀ ਤੇ ਅੱਗੇ ਵੀ ਕਿਉਂਕਿ ਟੇਸਟ ਆ, ਤੇ ਦੂਜੀ ਗੱਲ ਆ ਗਈ ਆਡੀਅੰਸ, ਆਡੀਅੰਸ ਨੇ ਸੈਡ ਹੀ ਜ਼ਿਆਦਾ ਪਸੰਦ ਕੀਤਾ। ਬਹੁਤ ਘੱਟ ਲੋਕ ਨੇ ਜਿਹੜੇ ਮੇਰੇ ਨਾਲ ਨਾ ਬਦਮਾਸ਼ੀ ਜਾਂ ਰੋਮਾਂਟਿਕ ਚੀਜ਼ਾਂ ਸੁਣਨ ਕਰ ਖਾਤਰ ਜੁੜੇ ਹੋਏ ਆ। ਦੇਖੋ ਹਰੇਕ ਦਾ ਆਪਦਾ ਆਪਦਾ ਹੁੰਦਾ, ਤੇ ਮੇਰਾ ਸੈਡ ਹੀ ਹੈਗਾ, ਮੈਨੂੰ ਲਿਖਣੀ ਪਸੰਦ ਸੈਡ ਹੈ, ਬਾਕੀ ਜਿਹੜਾ ਕੁਛ ਆਡੀਅੰਸ ਭਾਲੂ ਨਾ ਆਪਾਂ ਉਹੀ ਚੀਜ਼ ਦੇਵਾਂਗੇ ਉਹਨੂੰ। ਕਦੀ ਟਰਾਈ ਕੀਤਾ ਤੁਸੀਂ ਵੈਸੇ ਰੋਮਾਂਟਿਕ ਤੋਂ ਵੱਧ ਸੈਡ ਰੋਮਾਂਟਿਕ ਤੋਂ ਇਲਾਵਾ ਕੁਝ ਲਿਖਣ ਦਾ? ਹਾਂ ਮੈਂ ਅਕਸਰ ਪਾਉਣਾ ਹੁੰਦਾ ਇੰਸਟਾਗ੍ਰਾਮ 'ਤੇ ਹੀ ਪਾ ਦਿੰਦਾ ਨਾ, ਬਦਮਾਸ਼ੀ ਵਾਲੀਆਂ, ਯਾਰੀ ਦੋਸਤੀ ਵਾਲੀਆਂ, ਅਤੇ ਹੋਰ ਰੋਮਾਂਟਿਕ ਕਹਿ ਸਕਦੇ ਹਾਂ ਆਪਾਂ। ਇੱਕ ਯਾਰੀ ਦੋਸਤੀ ਸੇ ਸ਼ਾਇਰੀ ਹੋ ਜਾਏ ਫਿਰ। ਹਾਂ ਉਹ ਸੁਣਾ ਦਿੰਦਾ ਮੈਂ ਤੁਹਾਨੂੰ, ਮੇਰੇ ਯਾਰ ਨੇ ਲਿਖਵਾਈ ਸੀ ਅਸਲ, ਕੋਈ ਲੜ ਰਿਹਾ ਸੀ ਉਹਦੇ ਨਾਲ, ਉਹ ਕਹਿੰਦਾ ਯਾਰ ਇਹੀ ਚੀਜ਼ ਲਿਖ ਵੀ ਵੱਜੇ ਦਿਲ 'ਚ, ਉਦੋਂ ਲਿਖੀ ਸੀ ਮੈਂ, ਸਮਝਾਉਣ ਵਾਲੀ ਕਹਿ ਸਕਦੇ ਹਾਂ ਆਪਾਂ ਸਾਹਮਣੇ, ਕਹਿੰਦਾ ਮੂੰਹ ਤੇ ਜਾਣ ਜਾਣ ਰੱਖੇ ਦਿਲ ਵਿੱਚ ਖਾਰ ਜੋ, ਕਿਸੇ ਦਾ ਨਹੀਂ ਯਾਰ ਹੁੰਦਾ ਗੱਡੀਆਂ ਦਾ ਯਾਰ ਜੋ, ਸਟੋਰੀਆਂ ਦੇਖ ਕੇ ਮੱਚੋ ਤੁਹਾਨੂੰ ਬਲੌਗ 'ਚ ਨਹੀਂ ਪਾਉਂਦਾ, ਤੁਸੀਂ ਦੱਲਿਓ ਬਾਬਾ, ਤੇ ਮੈਂ ਦੱਲਿਆਂ ਨੂੰ ਮੂੰਹ ਨਹੀਂ ਲਾਉਂਦਾ, ਦੱਲਿਆਂ ਨੂੰ ਮੂੰਹ ਨਹੀਂ ਲਾਉਂਦਾ, ਇਹ ਇੱਦਾਂ ਦਾ ਕੁਛ। ਸਪੈਸੀਫਿਕ ਕਿਸੇ ਨੂੰ ਨਹੀਂ ਨਹੀਂ ਕਿਸੇ ਤੇ ਨਹੀਂ ਲਾਈ ਚਾਹੀਦਾ ਸੀ, ਵੀ ਆ। ਪਰ ਆਇਆ ਵੀ ਕਿਸੇ ਨੇ ਕਿਸ ਤੇ ਲਾਉਣ ਵਾਸਤੇ ਬਣਵਾਈ ਸੀਗੀ, ਅੱਛਾ ਜੀ, ਮੈਂ ਕਿਹਾ ਲਾ ਦਿਓ ਆਪਾਂ ਨੂੰ ਕੀ ਚੱਕਰ, ਪਰ ਆਇਆ ਵੀ ਅੱਜ ਤਾਈਂ ਮੈਂ ਸਾਰੀ ਆਡੀਅੰਸ ਨੂੰ ਵੀ ਕਹਿਣਾ ਚਾਹੁੰਦਾ, ਅੱਜ ਤੀ ਜਿਹੜੀ ਵੀ ਚੀਜ਼ ਪਾਈ ਆ ਸੈਡ ਰੋਮਾਂਟਿਕ ਬਦਮਾਸ਼ੀ ਵਾਲੀ ਯਾਰੀ ਵਾਲੀ, ਮੈਂ ਕਿਸੇ ਤੇ ਨਹੀਂ ਗੱਲ ਲਾਈ ਅੱਜ ਤੱਕ, ਵਿੱਚ ਹੁਣ ਕਿਸੇ ਨਾਲ ਲੜੇ ਭਿੜੇ ਆ, ਕਿਸੇ ਨਾਲ ਗੁੱਸਾ ਗਿਲਾ ਤੁਹਾਨੂੰ ਪਤਾ ਹੁੰਦਾ ਹੀ ਆ ਨਾ, ਹਰੇਕ ਬੰਦੇ ਦੀ ਹੁੰਦਾ, ਅਤੇ ਮੈਂ ਪਾ ਦਿੰਦਾ, ਲੋਕ ਕਹਿੰਦੇ ਵੀ ਦੇਖ ਤੇਰੇ ਨਾਲ ਲੜਿਆ ਤੇਰੇ 'ਤੇ ਲਾ ਦੀ, ਵੀ ਪਹਿਲਾਂ ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈ ਵੀ ਉਂਗਲਾ ਨਾ ਲਾਇਆ ਕਰੋ ਬਈ, ਦੂਜੀ ਗੱਲ ਮੈਂ ਕਿਸ 'ਤੇ ਲਾ ਕੇ ਨਾ ਅੱਜ ਪਾਈ ਹੈ ਨਾ ਕੱਲ੍ਹ ਪਾਵਾਂ, ਬਸ ਆਹ ਗੱਲ ਕਲੀਅਰ ਕਰਨਾ ਚਾਹੁੰਦਾ। ਵਧੀਆ ਗੱਲ ਹੈ। ਹਾਂਜੀ ਜਿਵੇਂ ਮੈਂ ਦੇਖ ਰਹੀ ਹਾਂ ਤੁਹਾਨੂੰ ਟੈਟੂਜ਼ ਦਾ ਕਾਫੀ ਸ਼ੌਂਕ ਹੈ ਨਾ, ਹਾਂਜੀ ਤੁਸੀਂ ਹਾਂਜੀ ਇੱਥੇ ਵੀ ਟੈਟੂ ਬਣਵਾਇਆ, ਆਪਣੀ ਨੈਕ ਤੇ ਟੈਟੂ ਬਣਵਾਇਆ, ਇਸ ਸਪੈਸੀਫਿਕ ਰੀਜ਼ਨ ਹੈ ਇਸ ਚੀਜ਼ ਦਾ ਕਿ ਤੁਹਾਨੂੰ ਇੰਸਪੀਰੇਸ਼ਨ ਮਿਲਦੀ ਹੈ ਟੈਟੂਜ਼ ਤੋਂ? ਹਾਂ ਆਪਾਂ ਕਹਿ ਸਕਦੇ ਹਾਂ ਇੰਸਪੀਰੇਸ਼ਨ ਵੀ ਮਿਲਦੀ ਆ, ਪਰ ਐਂ ਬੰਦੇ ਦਾ ਬਚਪਨ ਤੋਂ ਹੀ ਸ਼ੌਂਕ ਹੁੰਦੇ ਆ, ਮੇਰੇ ਵੀ ਮੈਨੂੰ ਬਚਪਨ ਤੋਂ ਹੀ ਵੀ ਹਾਂ ਯਾਰ ਟੈਟੂ ਕਰਾਵਾਂਗੇ, ਪਰ ਐਂ ਹੁਣ ਬਾਬਾ ਜੀ ਨੇ ਚੰਗੇ ਦਿਨ ਦਿਖਾਏ ਆ ਤਾਂ ਆਪਾਂ ਆਪਦੇ ਸ਼ੌਂਕ ਪੂਰ ਰਹਿਣ ਹੌਲੀ ਹੌਲੀ, ਬਾਕੀ ਇੱਦਾਂ ਨਹੀਂ ਵੀ ਉਦਾਂ ਹੀ ਟੈਟੂ ਆ ਤਾਂ ਟੈਟੂ ਆ, ਵੀ ਮੀਨਿੰਗਫੁਲ ਟੈਟੂ ਨੇ ਸਾਰੇ, ਇਸ ਬਾਂਹ ਵਾਲੇ ਟੈਟੂ ਦਾ ਕੀ ਮਤਲਬ ਹੈ? ਇਹ ਤੁਸੀਂ ਦੇਖ ਸਕਦੇ ਹੋ ਨਾ, ਇਹ ਬੰਦਾ ਮਤਲਬ ਇਨਸਾਨ ਆ, ਇਹ ਉਹਦਾ ਦਿਮਾਗ ਆ, ਜੀ ਆ ਬੰਦਾ ਆਪ ਤੁਰਿਆ ਫਿਰਦਾ ਜੰਗਲ ਅਰਗੇ ਦਿਮਾਗ 'ਚ ਆਪਦੀ ਖੋਜ ਕਰਦਾ ਤੁਰਿਆ ਫਿਰਦਾ, ਕਿਉਂਕਿ ਆਪਾਂ ਨੂੰ ਪਤਾ ਨਹੀਂ ਆਪਣਾ ਮੋਟਿਵ ਕੀ ਆ, ਬਾਬਾ ਜੀ ਨੇ ਆਪਾਂ ਨੂੰ ਕਿਹੜੇ ਕੰਮ ਵਾਸਤੇ ਭੇਜਿਆ ਨਾ, ਆਪਦੀ ਖੋਜ ਹੀ ਕਰ ਰਿਹਾ ਮਤਲਬ ਬੰਦਾ ਹਲੇ ਤੱਕ, ਕਿਸੇ ਨੂੰ ਨਹੀਂ ਪਤਾ। ਇਹ ਚੀਜ਼ ਕਿਸੇ ਤੋਂ ਇੰਸਪਾਇਰ ਹੋ ਕੇ ਤੁਸੀਂ ਬਣਾਈ ਕਿ ਕਿਤੇ ਦੇਖੀ ਸੀ ਇਹ ਚੀਜ਼? ਨਹੀਂ ਨੈਟ ਤੇ ਸਰਚ ਕਰ ਰਹੇ ਸੀਗੇ ਵੀ ਨਵੀਂ ਚੀਜ਼ ਲੱਭ ਰਹੇ ਸੀ ਜਿਹੜੇ ਵੀ ਪੰਜਾਬ 'ਚ ਬਣਾਈ ਨਾ ਹੋਵੇ ਕਿਸੇ ਨੇ ਨਾ, ਕਿਉਂਕਿ ਕਾਮਨ ਚੀਜ਼ਾਂ ਦਾ ਫਿਰ ਕਾਮਨ ਹੀ ਰਹਿ ਜਾਂਦੀ ਹੁੰਦੀਆਂ, ਤੇ ਮੈਂ ਮੇਰਾ ਭਰਾ ਅਰਬਾਬ ਤੇ ਜਿਹੜੇ ਵੀ ਇੱਥੋਂ ਟੈਟੂ ਕਰਵਾਏ ਡੇਅਰ ਡੈਵਲ ਸਟੂਡੀਓ ਬੈਠੇ ਸੀ ਤਾਂ ਸਾਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਵੀ ਇੱਕ ਤਾਂ ਮੀਨਿੰਗਫੁੱਲ ਆ, ਕਿਉਂਕਿ ਯਾਰ ਆਪਾਂ ਬੁੜੇ ਵੀ ਹੋਣਾ ਦੇਖੋ ਨਾ, ਹੁਣ ਜੇ ਆਪਾਂ ਇਹੋ ਜਿਹਾ ਕੋਈ ਪਰਮਾਨੈਂਟ ਚੀਜ਼ ਬੋਡੀ 'ਤੇ ਛਪਵਾ ਲਈ ਜਿਹੜੇ ਬੁੜੇ ਹੋਇਆਂ ਨੂੰ ਤਕਲੀਫ ਦੇਵੇ, ਕਿਉਂਕਿ ਬਜ਼ੁਰਗਾਂ ਦੇ ਨਹੀਂ ਚੀਜ਼ਾਂ ਸੋਹਣੀਆਂ ਲੱਗਦੀਆਂ, ਹੁਣ ਆਪਾਂ ਕਹਿ ਸਕਦੇ ਵੀ ਮੀਨਿੰਗਫੁੱਲ ਆ, ਕਿੱਡੀ ਗੱਲ ਆ, ਹੁਣ ਜਨਤਾ ਬਣਾ ਲੈਂਦੀ ਸਮੋਕ ਕਰ ਰਿਹਾ ਕੁਛ ਇੱਦਾਂ ਦੇ ਟੈਟੂ ਨਾ, ਉਹ ਗੁਰਦੁਆਰਾ ਸਾਹਿਬ ਵੀ ਜਾਣਾ ਹੁੰਦਾ, ਜੀ ਧਾਰਮਿਕ ਸਥਾਨਾਂ 'ਤੇ ਜਾਣਾ ਹੁੰਦਾ, ਫਿਰ ਉਹ ਸਾਰੀਆਂ ਚੀਜ਼ਾਂ ਸੋਚ ਕੇ ਮੈਨੂੰ ਇਹ ਚੀਜ਼ ਵਧੀਆ ਲੱਗੀ। ਇੱਕ ਆ ਸਕਲ ਵਾਲਾ ਜਿਹੜਾ ਟੈਟੂ ਹੈ ਇਹਦਾ ਮਤਲਬ ਕੀ ਹੈ? ਹਾਂਜੀ ਇਹਦਾ ਮਤਲਬ ਹੈ ਵੀ ਮੌਤ ਹੀ ਆਖਰੀ ਸੱਚ ਆ,
ਆ ਦੇਖੋ ਸਕਲ ਤੇ ਕੈਂਡਲ ਲੱਗ ਰਹੀਆਂ ਦੋ ਹਨ, ਇੱਕ ਚੱਲ ਰਹੀ ਹੈ ਇੱਕ ਬੁਝਗੀ। ਜਿਹੜੀ ਚੱਲ ਰਹੀ ਹੈ ਪ੍ਰੈਜੈਂਟ ਟਾਈਮ ਅੱਜ ਦਾ ਦਿਨ ਆਪਣੀ ਮੋਮਬੱਤੀ ਚੱਲ ਰਹੀ ਹੈ ਹਲੇ, ਇਹ ਪਤਾ ਨਹੀਂ ਕਦੋਂ ਬੁਝੇ ਹੈ ਨਾ, ਬਾਬਾ ਜੀ ਜਾਣਦੇ ਨੇ ਵੀ ਕਿਹਨੂੰ ਕਦੋਂ ਮੌਤ ਆਉਣੀ ਹੈ। ਅਤੇ ਇਹ ਸੱਚ ਵੀ ਆ, ਜ਼ਿੰਦਗੀ ਝੂਠ ਆ ਕਹਿੰਦੇ, ਮੌਤ ਹੀ ਸੱਚ ਆ, ਪਤਾ ਨਹੀਂ ਕਦੋਂ ਮੋਮਬੱਤੀ ਪੁੱਜੇ। ਆਪਦਾ ਲਾਈਫ ਇੰਜੋਏ ਕਰੋ ਜਿੰਨੀ ਕਰ ਸਕਦੇ ਹੋ। ਹਾਂਜੀ, ਤਾਂ ਸ਼ਾਇਰੀ ਤੋਂ ਇਲਾਵਾ ਤੁਹਾਡੀ ਹੋਰ ਕੀ ਹੋਬੀਜ਼ ਨੇ? ਸ਼ਾਇਰੀ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਘੁੰਮਣਾ ਫਿਰਨਾ, ਜਾਂ ਬਸ ਯਾਰਾਂ ਦੋਸਤਾਂ ਨਾਲ, ਯਾਰਾਂ ਦੋਸਤਾਂ ਨਾਲ ਬੈਠੇ ਹਾਂ, ਕਿਤੇ ਗਏ ਹਾਂ, ਜਾਂ ਬਸ ਉੱਦੀ ਸੋਣਾ ਕਹਿ ਸਕਦੇ ਹਾਂ। ਕੁਛ ਵੀ ਕੁਛ ਵੀ ਹੋਵੇ ਯਾਰਾਂ ਦੋਸਤਾਂ ਨਾਲ, ਉਹੀ ਵਧੀਆ ਲੱਗਦਾ, ਉਹੀ ਹੋਬੀ ਆ। ਬਸ ਜਿੱਥੇ ਯਾਰ ਹੈਗੇ ਬਸ ਉੱਥੇ ਦਿਲ ਲੱਗ ਗਿਆ, ਨਹੀਂ ਦਿਲ ਨਹੀਂ ਲੱਗਦਾ ਕਿਤੇ। ਜਿਵੇਂ ਤੁਸੀਂ ਯਾਰਾਂ ਦੀ ਗੱਲ ਕੀਤੀ ਹੈ, ਤਾਂ ਹੁਣ ਤੱਕ ਜਿਹੜੇ ਤੁਹਾਡੇ ਨਾਲ ਨੇ ਹੈ ਨਾ, ਸ਼ੁਰੂ ਤੋਂ ਲੈ ਕੇ ਹੁਣ ਤੱਕ, ਉਹ ਵਧੀਆ ਸਪੋਰਟ ਕਰਦੇ ਨੇ? ਹਾਂਜੀ, ਬਹੁਤ ਵਧੀਆ ਸਪੋਰਟ ਮਿਲੀ ਆ। ਵਿੱਚ ਦੇਖੋ ਜੇ 10 ਚੰਗੇ ਆ, 10 ਚੋਂ ਮਾੜੇ ਵੀ ਨਿਕਲਣਗੇ ਹੈ ਨਾ, ਪਰ ਐਂ ਵੀ ਜ਼ਿਆਦਾਤਰ ਮੈਨੂੰ ਵਧੀਆ ਸਪੋਰਟ ਕੀਤੀ ਭਰਾਵਾਂ ਨੇ, ਜਿੰਨੇ ਪਿੰਡ ਵਾਲੇ ਆ, ਜਿੰਨੇ ਸਕੂਲ ਟਾਈਮ ਯਾਰ ਦੋਸਤ ਸੀਗੇ, ਜਿਹੜੇ ਹੁਣ ਇੰਡਸਟਰੀ 'ਚ ਨਾਲ ਨੇ, ਸਾਰਿਆਂ ਨੇ ਬਹੁਤ ਵਧੀਆ ਸਪੋਰਟ ਕੀਤੀ ਆ, ਅਤੇ ਮੇਰੇ ਨਾਲ ਸੀ ਅਤੇ ਨਾਲ ਹੀ ਰਹਿਣਗੇ ਹੁਣ ਵੀ, ਕਿਉਂਕਿ ਅੱਜ ਜਿਹੜਾ ਵੀ ਕੁਛ ਹੈਗੇ ਆ, ਜਿੰਨਾ ਕੁ ਵੀ ਕੁਛ ਹੈਗੇ ਆ ਨਾ, ਜ਼ਿਆਦਾ ਨਹੀਂ ਕਹਿੰਦਾ ਮੈਂ ਵੀ ਬਾਹਲਾ ਵੱਡਾ ਹੋ ਗਿਆ ਨਾ, ਵੀ ਜਿੰਨਾ ਕੁਛ ਵੀ ਮੈਂ ਹੈਗਾ ਵੀ ਆਪਦੇ ਭਰਾਵਾਂ ਦੇ ਸਿਰ 'ਤੇ ਹਾਂ, ਕਿਉਂਕਿ ਜੇ ਉਹ ਨਾ ਸਪੋਰਟ ਕਰਦੇ ਤਾਂ ਕੁਛ ਵੀ ਨਹੀਂ ਸੀ ਮੈਂ। ਹਾਂਜੀ, ਜਿਵੇਂ ਹੁਣ ਲੋਕ ਕਹਿੰਦੇ ਨਾ ਕਿ ਹਾਂ ਆਹ ਨਹੀਂ ਕੰਮ ਚੱਲਿਆ ਤਾਂ ਸਾਡਾ ਬੈਕਅਪ ਪਲਾਨ ਦੂਜਾ ਰੱਖਦੇ ਹਾਂ, ਤੁਹਾਡਾ ਕੀ ਬੈਕਅਪ ਪਲਾਨ ਸੀ ਫਿਰ ਜੇ ਆਹ ਸ਼ਾਇਰੀਆਂ ਨਹੀਂ ਚੱਲੀਆਂ? ਫਿਰ ਬਸ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦਾ ਕੀ ਹੁੰਦਾ ਹੈਗਾ, ਬੈਕਅਪ ਛੱਡੋ, ਮੇਨ ਪਲਾਨ ਕੀ ਹੁੰਦਾ ਹੈਗਾ? ਆਇਲਸ। ਆਇਲਸ, ਹਾਂਜੀ, ਆਫਟਰ ਪਲੱਸ ਟੂ ਮੈਂ ਆਇਲਸ ਕੀਤੀ ਸੀਗੀ, ਅਤੇ ਮੇਰਾ ਬਚਪਨ ਤੋਂ ਇਹੀ ਸੀਗਾ ਵੀ ਜਾਂ ਤਾਂ ਇੰਡਸਟਰੀ 'ਚ ਪੈਣਾ ਜਾਂ ਬਾਹਰ ਚੱਲ ਜਾਂਗੇ, ਅਤੇ ਬਾਹਰ ਜਾਣ ਦੇ ਇਰਾਦੇ ਨੂੰ ਆਇਲਸ ਕੀਤੀ ਸੀ। ਉਹ ਗੱਲ ਅਲੱਗ ਆ ਵੀ ਕੀਤੀ ਨਹੀਂ, ਆਇਲਸ ਕਰਨ ਗਏ ਸੀਗੇ ਵਧੀਆ, 3-4 ਮਹੀਨੇ ਗਾਲੇ ਰੀਜਨਲ ਸਵਾਦ ਲਿਆ ਉੱਥੇ ਯਾਰਾਂ ਦੋਸਤਾਂ ਨਾਲ, ਬਠਿੰਡੇ ਗਿਆ ਸੀਗਾ ਮੈਂ, ਅਤੇ ਇਸ ਤੋਂ ਬਾਅਦ ਵਧੀਆ ਕੰਮ ਚੱਲ ਪਿਆ। ਇਸ ਤੋਂ ਬਾਅਦ ਮੈਂ ਕਿਹਾ ਚੱਲ ਵੀ ਹੈ ਨਾ ਇੱਕ ਸਕਿੱਲ ਮਿਲ ਜੂਗੀ, ਫਿਰ ਮੈਂ ਆਇਲਸ ਕਰ ਲਈ ਸੀਗੀ, ਉੱਦਾਂ ਬਾਹਰ ਜਾਣ ਦੇ ਹੈ ਨਾ ਮਕਸਦ ਨਾਲ ਨਹੀਂ, ਉੱਦਾਂ ਕਰ ਲਈ ਸੀਗੀ। ਇਸ ਤੋਂ ਬਾਅਦ ਫਿਰ ਉਹ ਕੰਮ ਇਹੀ ਬੈਕਅਪ ਪਲਾਨ 'ਚ ਵੀ ਬਾਹਰ ਚੱਲ ਜਾਏ ਕੋਈ ਚੱਕਰ ਨਹੀਂ, ਇੰਨਾ ਕੁਛ ਬਣਿਆ, ਪਰ ਬਾਬਾ ਜੀ ਨੇ ਚਲੋ ਬਹੁਤ ਵਧੀਆ ਸੁਣ ਲਈ ਜੀ। ਇਸ ਲਾਈਨ 'ਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਇੱਥੇ ਹੋ ਗਿਆ ਜੀ 2-2.5 ਸਾਲ ਹੋ ਗਏ ਆ ਲਾਈਨ 'ਚ ਪਿਆ ਨੂੰ ਜੀ, ਅਤੇ ਸ਼ੁਰੂਆਤ ਇੱਥੋਂ ਕਹਿ ਸਕਦੇ ਆਪਾਂ ਮੇਰੀ ਬਾਈ ਨਾਲ ਵਧੀਆ ਹੁੰਦੀ ਸੀ, ਸਿਮਰ ਦਰਾਹਾਂ ਨਾਲ ਸਾਡੀ ਇੰਸਟਾਗ੍ਰਾਮ 'ਤੇ ਗੱਲ ਹੁੰਦੀ ਸੀ, ਫਿਰ ਅਸੀਂ ਆਪਦੇ ਕੋਲੋਂ ਪੈਸੇ ਲਾ ਕੇ ਮੈਂ ਅਤੇ ਰਬਾਬ ਨੇ ਗਾਣਾ ਬਣਾਇਆ, ਵੀਡੀਓ ਕੀਤੀ ਉਹਦੀ, ਘਰੋਂ ਪੈਸੇ ਫੜ ਲਏ ਔਰਾਂ ਪਰਾਂ ਤੋਂ ਇਕੱਠੇ ਕਰਕੇ, ਜਿੱਦਾਂ ਵੀ ਹੁੰਦਾ ਨਾ ਤੁਹਾਨੂੰ ਸਾਰਿਆਂ ਦੇ ਇਹੀ ਕਹਾਣੀ ਹੈ ਸਟਰਗਲ ਵੇਲੇ ਦੀ, ਅਤੇ ਅਸੀਂ ਵੀਡੀਓ ਕਨਸੈਪਟ ਤਿਆਰ ਕਰ ਲਿਆ, ਉਹ ਅਸੀਂ ਇੱਕ ਮਤਲਬ ਟੱਪਾ ਲੀਕ ਕਰਤਾ ਸੀਗਾ ਪਹਿਲਾਂ ਇੰਸਟਾਗ੍ਰਾਮ 'ਤੇ, ਅਤੇ ਉਹ ਬਹੁਤ ਸੋਹਣਾ ਚੱਲਿਆ, 2-2 ਲੱਖ ਰੀਲ ਬਣ ਗਈ ਉਹ 'ਤੇ, ਅਤੇ ਫਿਰ ਸਿਮਰ ਬਾਈ ਕੋਲ ਇੱਕ ਦਿਨ ਮਿਲਣ ਲੱਗਿਆ ਮੈਂ, ਵਧੀਆ ਬਾਈ ਨੇ ਮਾਨ ਤਾਨ ਕੀਤਾ, ਬਾਈ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਬਾਈ ਨੂੰ, ਮੈਂ ਯਾਰ ਐਂ ਕਰਕੇ ਆਹ ਗਾਣਾ ਯਾਰ ਜੇ ਕੁਛ ਹੋ ਸਕਦਾ, ਨਾਲ ਹੀ ਬੈਠੇ ਸੀ ਅਰਬਨ ਪੇਂਡੂ ਰੈਕਡ ਵਾਲੇ, ਬਹੁਤ ਖਾਸ ਭਰਾ ਆਪਣੇ ਅੱਜ ਵੀ ਹੈ ਨਾ, ਅਤੇ ਹੁਣ ਉਹ ਕਹਿੰਦੇ ਵੀ ਹਾਂ ਆਪਾਂ ਕਰ ਲਾਂਗੇ ਗਾਣਾ, ਵੀ ਅਸੀਂ ਆਪਦੇ ਕੋਲ ਐਡਿਟ ਕਰਾ ਕੇ ਦਿੰਦੇ ਹਾਂ, ਉਹਨਾਂ ਨੇ ਸਾਨੂੰ ਬਜਟ ਦਿੱਤਾ ਜਿੰਨੇ ਸਾਡੇ ਲੱਗੇ ਸੀ ਉਹ, ਅਤੇ ਉੱਤੋਂ ਪੈਸੇ ਦੇ ਕੇ ਵੀ ਜਿਹੜਾ ਸਾਡਾ ਬਜਟ ਸੀ ਹੈ ਨਾ ਵੋਕਲ ਦਾ ਉਹ ਦੇ ਕੇ, ਅਤੇ ਗਾਣਾ ਰਿਲੀਜ਼ ਕਰਵਾਤਾ, ਅਤੇ ਬਾਬੇ ਦੀ ਕਿਰਪਾ ਨਾਲ ਉਹ ਇੰਨਾ ਕੁ ਜ਼ਿਆਦਾ ਵਧੀਆ ਰਿਹਾ ਗਾਣਾ, ਟ੍ਰੈਂਡਿੰਗ 2 'ਤੇ ਆ ਗਿਆ ਸੀਗਾ, ਪੰਜਾਬ 'ਤੇ ਮਿਊਜ਼ਿਕ 'ਤੇ ਸਾਰੇ ਤਾਂ ਟ੍ਰੈਂਡਿੰਗ 'ਚ ਆ ਗਿਆ ਸੀਗਾ, ਮਤਲਬ ਜੇ ਆਪਾਂ ਕਹੀਏ ਅਰਬਨ ਪੇਂਡੂ ਰੈਕਡ ਕੰਪਨੀ ਵੱਲੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਪਹਿਲੇ ਦਿਨ ਤੋਂ ਹੀ, ਅਤੇ ਸਿਮਰ ਦਰਾ ਹਬੀਰ ਵੱਲੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲੀ, ਬਾਈ ਨਹੀਂ ਸਗੋਂ ਦੀ ਮਿਲਾਇਆ ਨਾ ਕੰਪਨੀ ਨਾਲ ਆਪਾਂ ਨੂੰ, ਅਤੇ ਬਹੁਤ ਜ਼ਿਆਦਾ ਧੰਨਵਾਦ ਆ ਬਾਈ ਦਾ ਦਿਲੋਂ। ਤਾਂ ਤੁਸੀਂ ਸਿਮਰ ਦਰਾ ਨੂੰ ਇੱਕ ਕਾਫੀ ਵਧੀਆ ਆਪਣਾ ਮੰਨਦੇ ਹੋ ਸਪੋਰਟਿਵ ਸਿਸਟਮ? ਹਾਂਜੀ 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 ਕਹਿ ਸਕਦੇ ਹਾਂ ਆਪਾਂ, ਕਿਉਂਕਿ ਬਾਈ ਨਹੀਂ ਮਿਲਾਇਆ ਸੀ ਆਪਾਂ ਨੂੰ ਅਰਬਨ ਪੇਂਡੂ ਵਾਲਿਆਂ ਨਾਲ, ਅਤੇ ਉਹ ਇੰਨੇ ਕੁ ਜ਼ਿਆਦਾ ਗੁੱਡ ਬੰਦੇ ਅਰਬਨ ਪੇਂਡੂ ਵਾਲੇ, ਉਹਨਾਂ ਨੇ ਆਰਟਿਸਟ ਦੀ ਤਰ੍ਹਾਂ ਸਮਝੀ ਨਹੀਂ ਸਾਨੂੰ ਕਦੇ, ਮਤਲਬ ਆਪਦੇ ਭਰਾਵਾਂ ਦੀ ਤਰ੍ਹਾਂ ਆਪਦੀ ਫੈਮਿਲੀ ਨਾਲ ਮਿਲਾਇਆ ਹੈ ਨਾ, ਬਰਥਡੇ ਇਕੱਠਿਆਂ ਨੇ ਮਨਾਏ, ਅਤੇ ਹੋਰ ਵੀ ਕਈ ਚੀਜ਼ਾਂ ਘੁੰਮਣ ਫਿਰਨ ਗਏ ਹਾਂ ਇਕੱਠੇ, ਵੀ ਬਹੁਤ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦਾ ਉਹਨਾਂ ਦਾ ਨੇਚਰ ਵਾਈਜ਼ ਵੀ ਅਤੇ ਕੰਮ ਕਰਨ ਦਾ ਤਰੀਕਾ ਵੀ। ਜਿਸ ਗਾਣੇ ਦੀ ਤੁਸੀਂ ਗੱਲ ਕਰ ਰਹੇ ਹੋ, ਜੇ ਤੁਸੀਂ ਉਹ ਥੋੜ੍ਹੇ ਜਿਹੇ ਗਾਣਾ ਸੁਣਾ ਦਿਓ ਤਾਂ। ਹਾਂ ਗਾਣਾ ਮੇਰੀ ਯਾਦ ਨਹੀਂ ਯਾਰ, ਸ਼ਾਇਰੀ ਸੁਣਾ ਦਿਓ ਫਿਰ ਸਿਮਰ ਦਰਾ। ਹਾਂ ਮੈਂ ਤੁਹਾਨੂੰ ਬਾਈ ਦੀ ਫੇਵਰੇਟ ਸ਼ਾਇਰੀ ਸੁਣਾ ਦਿੰਦਾ,
ਕਹਿੰਦੀ ਸੀ ਰੈੱਡ ਪਸੰਦ ਨਹੀਂ, ਲਹਿੰਗਾ ਪੀਚ ਕਲਰ ਦਾ ਪਾਉਂਗੀ, ਮਹਿੰਦੀ ਲਾ ਕੇ ਹੱਥ ਵਿਚਾਲੇ ਤੇਰਾ ਨਾਮ ਲਿਖਾਉਂਗੀ। ਮੇਰੇ ਨਾਲ ਸੁੱਖ ਦੁੱਖ ਦੇਖਣ ਵਾਲੇ ਕਿੱਧਰ ਗਏ, ਤੇਰੇ ਵਾਅਦੇ ਨੀ, ਮੁੰਡਾ ਟੁੱਟ ਕੇ ਚੂਰੋ ਚੂਰ ਹੋਇਆ, ਦੁੱਖ ਦੇ ਗਈ ਇੰਨੇ ਜ਼ਿਆਦੇ ਨੀ। ਮੇਰੇ ਨਾਲ ਜੋ ਸੁਪਨੇ ਦੇਖਦੀ ਸੀ, ਅੱਜ ਗੈਰਾਂ ਦੇ ਨਾ ਪੂਰਦੀ ਐ, ਜਦੋਂ ਨਵਾਂ ਯਾਰ ਤੇਰਾ ਤੰਗ ਕਰਦਾ ਉਹਨੂੰ ਵੀ ਉਵੇਂ ਕੂਰਦੀ ਐ। ਕਹਿੰਦਾ ਤੇਰੀ ਸਹੇਲੀ ਮਿਹਣਾ ਮਾਰਦੀ, ਕਹਿੰਦੀ ਨਵਾਂ ਜੀਜੂ ਵਿਹਲੜ ਨੀ ਕਮਾਊ ਐ, ਮੇਰੇ ਵਾਂਗੂ ਪੱਟ ਕੇ ਛੱਡਦੀ ਨਾ। ਮੈਂ ਸੁਣਿਆ ਮੁੰਡਾ ਸਾਊ ਐ, ਮੈਂ ਸੁਣਿਆ ਮੁੰਡਾ ਸਾਊ ਐ। ਕਿਆ ਬਾਤ ਐ। ਤੁਹਾਡੀ ਜਿਹੜੀ ਆਪਣੀ ਲਿਖੀ ਹੋਈ ਸ਼ਾਇਰੀ ਐ, ਸਭ ਤੋਂ ਫੇਵਰੇਟ ਕਿਹੜੀ ਐ? ਤੁਸੀਂ ਆਪਣੀ ਸ਼ਾਇਰੀ ਹਮੇਸ਼ਾ ਕੁੜੀਆਂ ਨੂੰ ਟਾਰਗੇਟ ਕਰਦੇ ਹੋਏ ਕਿਉਂ ਲਿਖਦੇ ਹੋ? ਬਹੁਤ ਵਧੀਆ ਸਵਾਲ ਹੈ। ਪਹਿਲਾਂ ਤਾਂ ਮੈਨੂੰ ਕਮੈਂਟਾਂ ਚ ਵੀ ਅਕਸਰ ਕਹਿੰਦੀਆਂ ਹੁੰਦੀਆਂ ਕੁੜੀਆਂ ਵੀ ਅਸੀਂ ਕਿਉਂ, ਮੁੰਡੇ ਵੀ ਧੋਖਾ ਦਿੰਦੇ ਆ। ਪਰ ਐਂ ਦੇਖੋ, ਆਪਾਂ ਟਾਰਗੇਟ ਨਹੀਂ ਕਹਿ ਸਕਦੇ, ਕੁੜੀਆਂ ਦਾ ਜ਼ਿਕਰ ਜ਼ਰੂਰ ਹੁੰਦਾ, ਪਰ ਹੁਣ ਦੋ ਹੀ ਆ ਨਾ ਜੈਂਡਰ, ਮੇਲ ਆ ਜਾਂ ਫੀਮੇਲ ਆ। ਮੈਂ ਮੇਲ 'ਤੇ ਵੀ ਅਕਸਰ ਪਹਿਲਾਂ ਪਾਉਂਦਾ ਰਿਹਾ, ਪਰ ਐਂ ਵੀ ਗੱਲ ਦਰਸਾਉਣ ਦਾ ਤਰੀਕਾ ਕਹਿ ਸਕਦੇ ਹਾਂ ਆਪਾਂ। ਮੈਂ ਨਹੀਂ ਕਹਿੰਦਾ ਹੁੰਦਾ ਵੀ ਕੁੜੀ ਹੀ ਧੋਖਾ ਦਿੰਦੀਆਂ, ਕਿਉਂਕਿ ਪਹਿਲੀ ਗੱਲ ਤਾਂ ਪੰਜੇ ਉਂਗਲ ਇੱਕ ਸਾਰ ਨਹੀਂ ਹੁੰਦੀਆਂ ਨਾ। ਕੁੜੀਆਂ ਚੰਗੀਆਂ ਵੀ ਬਹੁਤ ਆ, ਕੁੜੀਆਂ ਮਾੜੀਆਂ ਵੀ ਬਹੁਤ ਆ, ਉਹਦੀ ਮੁੰਡੇ ਚੰਗੇ ਵੀ ਬਹੁਤ ਆ, ਮਾੜੇ ਵੀ ਬਹੁਤ ਆ। ਹੁਣ ਮੈਂ ਆਪਦੇ ਦਿਲ ਵਾਲਾ, ਮੈਂ ਕਿੰਨਾ ਕੁ ਸਹੀ ਹਾਂ ਨਾ, ਜਾਂ ਮੈਂ ਕਿਹੜਾ ਕਿਸੇ ਨੂੰ ਧੋਖਾ ਨਹੀਂ ਦਿੱਤਾ ਹੋਊ ਪਹਿਲਾਂ। ਹਰੇਕ ਤੋਂ ਗਲਤੀਆਂ ਹੁੰਦੀਆਂ, ਪਰ ਗੱਲ ਦਰਸਾਉਣ ਦਾ ਤਰੀਕਾ ਕਹਿ ਸਕਦੇ ਹਾਂ। ਮੈਂ ਕਦੇ ਵੀ ਕੁੜੀਆਂ ਨੂੰ ਟਾਰਗੇਟ ਨਹੀਂ ਕੀਤਾ, ਲੱਗਦਾ ਜ਼ਰੂਰ ਹੈ ਵੀ ਟਾਰਗੇਟ ਕਰ ਰਿਹਾ, ਪਰ ਮੈਂ ਟਾਰਗੇਟ ਨਹੀਂ ਕੀਤਾ ਕਦੇ। ਮੈਂ ਆਪਦੀ ਗੱਲ ਰੱਖਣ ਵਾਸਤੇ ਨਾ ਇੱਕ ਫੀਮੇਲ ਜੈਂਡਰ ਨੂੰ ਸਿਲੈਕਟ ਕਰਦਾ, ਵੀ ਉਹਨੇ ਮੇਲ ਨੇ ਧੋਖਾ ਦਿੱਤਾ, ਵੀ ਉੱਦਾਂ ਨਹੀਂ। ਮੈਂ ਕਹਿੰਦਾ ਨਹੀਂ ਕੁੜੀਆਂ ਨੂੰ ਮਾੜਾ, ਕੁੜੀਆਂ ਬਹੁਤ ਚੰਗੀਆਂ ਹੁੰਦੀਆਂ। ਜੇ ਤੁਸੀਂ ਇਹੀ ਚੀਜ਼ ਕੁੜੀਆਂ ਨੂੰ ਵਧੀਆ ਤਰੀਕੇ ਨਾਲ ਦਰਸਾਓ ਕਿ ਹਾਂ ਕੁੜੀਆਂ ਵਧੀਆ ਹੁੰਦੀਆਂ, ਇੱਕ ਵਧੀਆ ਸਪੋਰਟਿਵ ਸਿਸਟਮ ਹੁੰਦੀਆਂ ਮੁੰਡੇ ਵਾਸਤੇ, ਬਹੁਤ ਵਧੀਆ ਹੁੰਦੀਆਂ। ਮੈਂ ਕਹਿਣਾ ਆਪ ਕਹਿਣਾ ਗਾ, ਕਿਉਂਕਿ ਮੈਂ ਜਿਹੜੀਆਂ ਰੋਮਾਂਟਿਕ ਚੀਜ਼ਾਂ ਲਿਖੀਆਂ ਮੈਂ ਉਹਨਾਂ 'ਚ ਕੁੜੀਆਂ ਦੀ ਤਾਰੀਫ ਕੀਤੀ ਆ, ਗਾਣਿਆਂ 'ਚ ਵੀ ਕੁੜੀਆਂ ਦੀ ਤਾਰੀਫ ਕੀਤੀ ਆ। ਕੁੜੀਆਂ ਬਹੁਤ ਵਧੀਆ ਹੁੰਦੀਆਂ, ਅਤੇ ਮੈਂ ਕਹਿਣਾ ਵੀ ਜਿੱਦਾਂ ਲੋਕ ਕਹਿੰਦੇ ਆ ਵੀ ਮੁੰਡੇ ਦੀ ਸਕਸੈਸ 'ਚ ਬਹੁਤ ਵੱਡਾ ਹੱਥ ਹੁੰਦਾ, ਬਹੁਤ ਵੱਡਾ ਇੱਕ ਨਾ ਜ਼ਿੰਦਗੀ ਦਾ ਪਾਰਟ ਹੁੰਦੀ ਆ ਕੁੜੀ ਬੰਦੇ ਵਾਸਤੇ। ਹੁਣ ਮੇਰੀ ਮਾਤਾ ਮੇਰੇ ਬਾਪੂ ਨੂੰ ਸਪੋਰਟ ਕਰਦੀ ਆ, ਉਹ ਵੀ ਹੈ ਨਾ ਲੇਡੀਜ਼ ਨੇ, ਅਤੇ ਮੈਂ ਕਹਿਣਾ ਵੀ ਬਹੁਤ ਵੱਡਾ, ਸੱਚੀ ਬਹੁਤ ਵੱਡਾ ਹੱਥ ਹੁੰਦਾ ਬੰਦੇ ਦੀ ਸਕਸੈਸ 'ਚ। ਅਤੇ ਪਰ ਜਿਹੜਾ ਆਪਾਂ ਜਿੱਦਾਂ ਸ਼ਾਇਰੀਆਂ 'ਚ ਗੱਲਾਂ ਕਰਦੇ ਹਾਂ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਜ਼ਿੰਦਗੀ ਰੋਲਦੀਆਂ ਵੀ ਨੇ, ਜ਼ਿੰਦਗੀ ਬਣਾ ਵੀ ਸਕਦੀਆਂ, ਉਹ ਆਪਦੇ ਹੱਥ ਹੀ ਆ ਉਹਨਾਂ ਦੀ ਵੀ ਕਿੱਦਾਂ ਚੱਲਣਾ। ਇਸ ਚੀਜ਼ ਤੇ ਤੁਸੀਂ ਇੱਕ ਸ਼ਾਇਰੀ ਸੁਣਾ ਦਿਓ ਜੇ ਸਪੋਰਟ ਸਿਸਟਮ ਲਈ। ਸਪੋਰਟ ਸਿਸਟਮ ਲਈ ਕਹਿੰਦਾ, ਉਹਦੇ ਨਾਲ ਹੀ ਕੱਟਣੀ ਹੈ ਗਰਮੀ ਤੇ ਸਰਦੀ, ਮੈਂ ਯੂਜ਼ ਨਹੀਂ ਕਰਕੇ ਛੱਡਦਾ ਉਹਨੂੰ, ਰੌਣਕ ਬਣਾਉਂ ਕਰਦੀ ਮੈਂ ਗੱਲ, ਉਸ ਨੂੰ ਛੱਡਣ ਵਾਲੀ ਦਿਲ ਚੋਂ ਕੱਢਦੀ ਮੈਂ, ਉਹਦੇ ਪਿਆਰ ਦਾ ਨਸ਼ਾ ਬਥੇਰਾ, ਤਾਂ ਹੀ ਦਾਰੂ ਛੱਡਦੀ ਮੈਂ, ਤਾਂ ਹੀ ਦਾਰੂ ਛੱਡਦੀ ਮੈਂ। ਹੁਣ ਇਹ ਸ਼ਾਇਰੀ ਕਰਕੇ ਦੇਖਿਓ ਤੁਹਾਨੂੰ ਕਿੰਨੇ ਕਮੈਂਟਸ ਆਉਣ ਵਾਲੇ ਨੇ ਕੁੜੀਆਂ ਦੇ। ਹਾਂਜੀ, ਨਾ ਕੁੜੀਆਂ ਦੇ ਬਹੁਤ ਕਮੈਂਟ ਆਉਂਦੇ ਆ, ਕੁੜੀਆਂ ਸਾਈਡ ਤੇ ਵੀ ਬਹੁਤ ਸਪੋਰਟ ਕਰਦੀਆਂ ਜੀ। ਮੈਂ ਤਾਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ। ਕੁੜੀ ਮਤਲਬ 80% ਸਨੈਪਚੈਟ 'ਤੇ ਕੁੜੀਆਂ ਦੇਖਦੀਆਂ, ਮੁੰਡੇ ਤਾਂ 20% ਨੇ, ਅਤੇ ਉੱਦਾਂ ਜ਼ਿਆਦਾ ਕਮੈਂਟ ਵੀ ਕੁੜੀਆਂ ਦੇ ਹੁੰਦੇ ਸਾਈਡ 'ਤੇ ਵੀ। ਮੈਂ ਤਾਂ ਦੇਣ ਹੀ ਨਹੀਂ ਦੇ ਸਕਦਾ ਕੁੜੀਆਂ ਦਾ, ਇੰਨੀ ਸਪੋਰਟ ਕਰਦੀਆਂ ਜਿਹੜੀਆਂ ਵਿਚਾਰੀਆਂ। ਅਤੇ ਜਿੱਦਾਂ ਸ਼ਾਇਰੀ 'ਚ ਗੱਲ ਕੀਤੀ ਹੈ, ਮੁੰਡੇ ਦੇ ਨਸ਼ੇ ਪੱਤੇ ਵੀ ਛਡਾ ਦਿੰਦੀਆਂ, ਚੰਗੇ ਰਾਹ ਵੀ ਪਾ ਦਿੰਦੀਆਂ, ਫਿਰ ਉਹੀ ਗੱਲ ਆ ਗਈ ਨਾ, ਆਪਦੇ ਹੱਥ ਹੀ ਹੁੰਦਾ ਸਾਰਾ ਕੁਛ ਹੀ। ਤਾਂ ਕਿੱਦਾਂ ਕਿੱਦਾਂ ਦੇ ਕਮੈਂਟਸ ਵੈਸੇ ਜ਼ਿਆਦਾਤਰ ਕੁੜੀਆਂ ਤੁਹਾਨੂੰ ਕਰਦੀਆਂ ਨੇ? ਕੁੜੀਆਂ ਕਮੈਂਟ ਇੰਸਟਾਗ੍ਰਾਮ 'ਤੇ ਤਾਂ ਸਹੀ ਹੁੰਦੇ ਆ, ਮਤਲਬ ਵੀ ਬਹੁਤ ਵਧੀਆ, ਤੁਸੀਂ ਪਿਆਰੇ ਹੋ। ਸਨੈਪਚੈਟ 'ਤੇ ਕਦੇ ਕਦੇ ਧੱਕਾ ਵੀ ਹੋ ਜਾਂਦਾ, ਵਿਆਹ ਕਰਾਉਂਗੀ ਸਿੱਧਾ, ਲਵ ਯੂ ਸੁੱਖ। ਅਤੇ ਇੱਕ ਦਿਨ ਮੈਂ ਉਵੇਂ ਬੈਠੇ ਬੈਠੇ ਨੇ ਹੈ ਨਾ ਵੀ ਵਧੀਆ ਸਰੂਰ ਜੇ 'ਚ ਮੈਂ ਬੈਠੇ ਬੈਠੇ ਨੇ ਪੰਗੇ ਹੀ ਲੈ ਲਿਆ, ਮੈਂ ਉਵੇਂ ਕਹਿ ਤਾ, ਮੈਂ ਕਿਹਾ ਮੈਂ ਤਾਂ ਆਪਦੇ ਘਰਦਿਆਂ ਦੀ ਮਰਜ਼ੀ ਨਾ ਕਰਾਊਂਗਾ। ਫਿਰ ਲੱਗ ਗਈਆਂ ਨੀਚੇ ਕੁੜੀਆਂ, ਘਰਦੇ ਮਨਾ ਲੈਂਦੇ ਹਾਂ, ਤੁਹਾਡੇ ਐਡਰੈਸ ਦੇ ਦਿਉ, ਮਾਤਾ ਕੋਲ ਜਾ ਆਉਂਦੇ ਹਾਂ। ਮਤਲਬ ਸਨੈਪਚੈਟ 'ਤੇ ਜ਼ਿਆਦਾ ਆਉਂਦੇ ਆ ਮੈਸੇਜ ਵੀ ਅਤੇ ਕਮੈਂਟ ਵੀ, ਇੰਸਟਾਗ੍ਰਾਮ 'ਤੇ ਘੱਟ ਆਉਂਦੇ ਆ। ਜਿੱਦਾਂ ਤੁਸੀਂ ਹੁਣ ਗੱਲ ਕੀਤੀ ਕਿ ਕੁੜੀਆਂ ਇੱਦਾਂ ਦੇ ਮੈਸੇਜਸ ਹੈ ਨਾ ਕਰਦੀਆਂ ਨੇ ਸਨੈਪਚੈਟ ਤੇ ਇੰਸਟਾਗ੍ਰਾਮ, ਜਿਵੇਂ ਹੁਣ ਬੰਦਾ ਅੱਗੇ ਅੱਗੇ ਵੱਧਦਾ ਰਹਿੰਦਾ ਹੈ, ਫੇਮ ਮਿਲਦੀ ਰਹਿੰਦੀ ਹੈ ਨਾ, ਤੁਹਾਨੂੰ ਨੈਗੇਟਿਵ ਫੀਡਬੈਕ ਵੀ ਕਾਫੀ ਲੋਕੀ ਦਿੰਦੇ, ਬਹੁਤ ਜ਼ਿਆਦਾ ਹੁੰਦਾ, ਤੁਹਾਨੂੰ ਇਸ ਦਾ ਸਾਹਮਣਾ ਕਰਨਾ ਪਿਆ? ਹਾਂ, ਬਹੁਤ ਹੀ ਸਾਹਮਣਾ ਕਰਨਾ ਪਿਆ, ਪਰ ਐਂ ਵੀ ਆਪਾਂ
ਇਗਨੋਰ ਕਰਨਾ ਮੈਨੂੰ ਲੱਗਦਾ ਇਹ ਬੈਟਰ ਆਪਸ਼ਨ ਆ ਵੀ ਆਪਾਂ ਇਗਨੋਰ ਕਰ ਦਈਏ, ਕਿਉਂਕਿ ਜਿਹੜਾ ਬੰਦਾ ਤੁਹਾਨੂੰ ਚੰਗਾ ਨਹੀਂ ਸਮਝਦਾ, ਜਿਹਨੂੰ ਤੁਸੀਂ ਚੰਗੇ ਨਹੀਂ ਲੱਗਦੇ, ਤੁਸੀਂ ਸਫਾਈ ਦੇ ਦਿਓ ਫਿਰ ਵੀ ਨਹੀਂ ਲੱਗੋਗੇ ਚੰਗੇ ਤੋਂ। ਆਪਣਾ ਹੁਣ ਆਪਾਂ ਕਿਸੇ ਨੂੰ ਨਹੀਂ ਲਾਈਕ ਕਰਦੇ, ਆਪਣਾ ਬਦਲ ਹੀ ਨਹੀਂ ਸਕਦਾ ਓਪੀਨੀਅਨ, ਸੋ ਮੈਂ ਇਗਨੋਰ ਕਰ ਦਿੰਦਾ ਹੁੰਦਾ। ਮੇਰੇ ਬਾਪੂ ਜੀ ਨੇ ਦੱਸਿਆ ਹੈਗਾ, ਮਤਲਬ ਉਹਨਾਂ ਨੇ ਆਹੀ ਗੱਲ ਸਿਖਾਈ ਆ ਵੀ ਕਦੇ ਵੀ ਕਿਸੇ ਨਾਲ ਬਹਿਸ ਨਹੀਂ ਕਰਨੀ। ਜੇ ਤੈਨੂੰ ਕੋਈ ਨਹੀਂ ਪਸੰਦ ਕਰਦਾ ਠੀਕ ਆ, ਉਹਦੀ ਚੋਇਸ ਆ ਨਾ, ਪਰ ਕਿਸੇ ਨਾਲ ਬਹਿਸ ਨਹੀਂ ਕਰਨੀ ਵੀ ਪੁੱਤ ਬਸ ਇਗਨੋਰ ਕਰ ਦਿਆ ਕਰ ਵੀ ਕੋਈ ਚੱਕਰ ਨਹੀਂ ਬਈ, ਕੋਈ ਚੱਕਰ ਨਹੀਂ ਬਸ, ਅਤੇ ਐਂ ਵਧੀਆ ਚੱਲ ਰਿਹਾ ਹੈਗਾ। ਕਿੱਦਾਂ ਕਿੱਦਾਂ ਦੇ ਨੈਗੇਟਿਵ ਕਮੈਂਟਸ ਵੀ ਤੁਹਾਨੂੰ ਆਉਂਦੇ ਨੇ? ਨੈਗੇਟਿਵ ਕਹਿ ਸਕਦੇ, ਇੱਦਾਂ ਗਾਲਾਂ ਵੀ ਆ ਜਾਂਦੀਆਂ ਕਦੇ ਕਦੇ। ਫਿਰ ਪਹਿਲਾਂ ਮੈਂ ਸਿੱਧੂ ਬਾਈ ਦੀ ਬਹੁਤ ਸਪੋਰਟ 'ਚ ਪਾਉਂਦਾ ਹੁੰਦਾ ਸੀ ਨਾ, ਮੈਂ ਅਤੇ ਰਬਾਬ, ਉਦੋਂ ਬੱਬੂ ਮਾਨ ਬਾਈ ਦੇ ਫੈਨ, ਕਰਨ ਔਜਲੇ ਦੇ ਫੈਨ, ਨਾਲੇ ਕਦੇ ਵੀ ਨਾ ਬੱਬੂ ਮਾਨ ਬਾਈ ਨੂੰ ਨਾ ਕਰਨ ਔਜਲੇ ਬਾਈ ਨੂੰ ਕਦੇ ਵੀ ਉਹਨਾਂ ਗਲਤ ਨਹੀਂ ਕਿਹਾ ਕੁਛ ਅੱਜ ਤੱਕ। ਫਿਰ ਵੀ ਚਲੋ ਨਾ ਸਮਝਦੇ ਹੋ ਵੀ ਇਹ ਬੰਦੇ ਸਪੋਰਟ ਕਿਉਂ ਕਰਦਾ, ਕਿਉਂਕਿ ਸਾਡੇ ਏਰੀਏ ਦਾ ਮੁੰਡਾ ਸੀ ਉਹ, ਅਤੇ ਤਾਂ ਕਰਕੇ ਬਹੁਤ ਜ਼ਿਆਦਾ ਗਾਲਾਂ ਗੂਲਾਂ ਕੱਢਦੇ ਸੀ ਲੋਕ, ਅਤੇ ਕੰਟਰੋਵਰਸੀ ਪਾਲਦੇ ਹੁੰਦੇ ਆ ਨਾ ਵਿੱਚ, ਤਾਂ ਮੈਨੂੰ ਰਿਪਲਾਈ ਕਰੇ, ਪਰ ਨਹੀਂ ਆਪਾਂ ਅੱਜ ਤੱਕ ਨਹੀਂ ਰਿਪਲਾਈ ਕੀਤਾ ਗਿਆ, ਅਤੇ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਲੋੜ ਵੀ ਹੈਗੀ ਕਿਸੇ ਤਾਂ ਰਿਪਲਾਈ ਕਰਨ ਦੀ ਗਲਤ ਵੇ 'ਚ। ਸੋ ਬਹਿਸ ਕਰਨ ਵਾਲੇ ਇਗਨੋਰ ਕਰਨਾ ਚਾਹੀਦਾ। ਜਿਵੇਂ ਤੁਸੀਂ ਹੁਣ ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਹੈ, ਤਾਂ ਉਹਨਾਂ ਦਾ ਨਵਾਂ ਗੀਤ ਜਿਹੜਾ ਹੈ ਰਿਲੀਜ਼ ਹੋਇਆ ਹੈ ਨਾ, ਤੁਹਾਨੂੰ ਕਿਵੇਂ ਦਾ ਲੱਗਿਆ ਉਹਨਾਂ ਦਾ? ਬਹੁਤ ਜ਼ਿਆਦਾ ਸੋਹਣਾ ਗਾਣਾ, ਉੱਦਾਂ ਵੀ ਬਾਈ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਹੈਗਾ, ਬਾਈ ਦੀ ਲਿਖਤ, ਬਾਈ ਦੀ ਆਵਾਜ਼, ਕੰਪੋਜੀਸ਼ਨ ਅਤੇ ਬਾਈ ਦਾ ਟੇਸਟ ਹੈ ਨਾ, ਸਾਰਾ ਕੁਛ ਹੀ ਜਮੀ ਗੋਡ ਆ, ਕਿਉਂਕਿ ਯਾਰ ਸੱਚੀ ਉਹ ਬੰਦਾ ਲੈਜੈਂਡ ਆ ਨਾ, ਉਹ ਗੋਟ ਆ ਸੱਚੀ ਰੀਅਲ ਲਾਈਫ। ਅਤੇ ਬਾਕੀ ਜਿੰਨਾ ਕੁ ਬੰਦਾ ਡਾਊਨ ਟੂ ਅਰਥ ਸੀਗਾ, ਐਡਾ ਵੱਡਾ ਲੈਵਲ ਸੀਗਾ ਨਾ, ਪਿੰਡ ਤਰਿਆ ਫਿਰਦਾ ਰਹਿੰਦਾ ਸੀ। ਅਸੀਂ ਮੇਰੀ ਭੈਣ ਵਿਆਹੀ ਹੋਈ ਹੈ ਨਾ ਮੂਸੇ, ਅਸੀਂ ਉੱਥੇ ਜਾਂਦੇ ਆਉਂਦੇ ਸੀ ਬਾਈ, ਕਦੇ ਬੱਟ 'ਤੇ ਫਿਰਦਾ, ਕਦੇ ਟਰੈਕਟਰ 'ਤੇ ਚੜਿਆ ਫਿਰਦਾ ਹੁੰਦਾ ਸੀ ਵੀ, ਮਤਲਬ ਉਹ ਬੰਦੇ 'ਚ ਕੁਛ ਹੈ ਹੀ ਨਹੀਂ ਸੀ ਯਾਰ, ਈਗੋ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਸੀਗੀ, ਉਹ ਬੰਦਾ ਸੱਚੀ ਰੱਬ ਹੀ ਆ ਯਾਰ, ਐਂ ਲਾ ਲਓ, ਕਿਉਂਕਿ ਮਾਨਸਾ ਨੂੰ ਕੋਈ ਵੀ ਨਹੀਂ ਆਉਂਦਾ ਸੀ ਜੀ ਬੱਚਾ। ਅੱਜ ਹੋਲੀਵੁੱਡ ਤੱਕ ਜਾਂਦੇ ਆ ਲੋਕ ਮਾਨਸਾ ਨੂੰ ਹੈ ਨਾ, ਮੂਸੇ ਨੂੰ ਕਿਸੇ ਸਿੰਗਰ ਨੇ, ਐਡੇ ਤਗੜੇ ਤਗੜੇ ਸਿੰਗਰ ਆਇਆ ਸਾਡੇ ਹੈ ਨਾ ਏਰੀਏ ਦੇ, ਕਿਸੇ ਨੇ ਪ੍ਰਮੋਟ ਨਹੀਂ ਕੀਤਾ ਸੀ ਮਾਨਸਾ ਨੂੰ, ਅਤੇ ਉਹ ਬੰਦਾ ਕਿੱਥੇ ਇੱਥੋਂ ਉੱਥੇ ਲੈ ਗਿਆ ਨਾਮ ਨਾ ਮਾਨਸਾ ਦਾ, ਤਾਂ ਵੀ ਮਾਨਸਾ ਦਾ ਮੈਂ ਮੁੰਡਾ ਨਾ ਹੈ ਨਾ, ਅਸੀਂ ਮਾਨਸਾ ਦੇ ਹਾਂ, ਉਹ ਹੱਕ ਨਾਲ ਉਹ ਸਾਡਾ ਭਾਈ ਆ ਜੀ, ਕੱਲ੍ਹ ਵੀ ਸੀਗਾ ਅੱਜ ਵੀ ਰਹੂਗਾ, ਅਤੇ ਜਦੋਂ ਵੀ ਬਾਈ ਦਾ ਗਾਣਾ ਆਇਆ ਕਰੂ ਪਹਿਲੀ ਸਟੋਰੀ ਅਸੀਂ ਪਾਇਆ ਕਰਾਂਗੇ, ਅਤੇ ਸਾਨੂੰ ਇਹ ਗੱਲ ਦੀ ਖੁਸ਼ੀ ਵੀ ਹੁੰਦੀ ਅਸੀਂ ਮਾਨਸਾ ਦੇ ਬਾਈ ਕਰਕੇ, ਕਿਉਂਕਿ ਉਹ ਬਹੁਤ ਵੱਡੀ ਚੀਜ਼ ਸੀ, ਬਹੁਤ ਜ਼ਿਆਦਾ ਵੱਡੀ ਚੀਜ਼। ਤਾਂ ਸਿੱਧੂ ਮੂਸੇਵਾਲਾ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ? ਹਾਂਜੀ ਬਾਈ, ਆਈਡਲ ਸਾਰਿਆਂ ਦੀ ਆਈਡਲ ਹੈਗਾ, ਜਿੰਨੇ ਵੀ ਰਬਾਬ, ਮੈਂ, ਵੈਸਟਰਨ ਪੇਂਡੂ, ਹੋਰ ਕਈ ਮੁੰਡੇ ਨਾ ਸਾਡੇ ਏਰੀਏ ਦੇ ਜਿਹੜੇ ਨਵੇਂ ਨਵੇਂ ਉੱਠ ਰਹੇ ਆ, ਅਤੇ ਸਾਰੇ ਆਈਡਲ ਮੰਨਦੇ ਆ, ਕਿਉਂਕਿ ਮੈਂ ਵੀ ਯਾਰ ਉਹਦੇ ਪੈਰ ਵਰਗੇ ਵੀ ਨਹੀਂ ਬਣ ਸਕਦਾ, ਮੈਂ ਤਾਂ ਕਹਿੰਦਾ ਕੋਈ ਮਾੜਾ ਬੰਦਾ, ਅਤੇ ਬਾਈ ਦਾ 2% ਵੀ ਬਣ ਜਾ ਮੈਂ, ਬਹੁਤ ਵੱਡੀ ਗੱਲ ਆ ਗਈ ਮੇਰੇ ਵਾਸਤੇ। ਤਾਂ ਉਹਨਾਂ ਲਈ ਇੱਕ ਸ਼ਾਇਰੀ ਹੋ ਜਾਏ, ਕਹਿੰਦਾ ਹੇਟਰਾਂ ਦੇ ਦੰਦਲਾਂ ਪੈ ਗਈਆਂ, ਅੱਗ ਸੀਨੇ 'ਚ ਲਾ ਗਿਆ, ਇੱਕੀ ਦੁੱਕੀ ਸਾਈਡ 'ਤੇ ਹੋ ਜਾਓ, ਮੂਸੇ ਵਾਲਾ ਆ ਗਿਆ, ਮੂਸੇ ਵਾਲਾ ਆ ਗਿਆ। ਇਹ ਭਾਈ ਸੀ ਆਪਾਂ 2 ਸਾਲ ਮੰਗੂ ਪਹਿਲਾਂ ਦੀ ਗੱਲ ਆ ਨਾ, 2 ਸਾਲ ਪਹਿਲਾਂ ਦੀ, ਬਹੁਤ ਲੋਕਾਂ ਨੇ ਗਾਲਾਂ ਦਿੱਤੀਆਂ, ਜਿਹੜੇ ਅੱਜ ਹੁਣ ਕਹਿ ਰਿਹਾ ਮਿਸ ਯੂ ਬਾਈ, ਬਹੁਤ ਵਧੀਆ ਹੁੰਦਾ ਸੀ, ਉਦੋਂ ਗਾਲਾਂ ਕੱਢਦੇ ਹੁੰਦੇ ਸੀ। ਜਿਵੇਂ ਹੁਣ ਤੁਹਾਨੂੰ ਲੱਗਿਆ ਹੈ ਨਾ, ਜਿਵੇਂ ਤੁਸੀਂ ਗੱਲ ਕੀਤੀ ਕਿ ਇਸ ਸ਼ਾਇਰੀ 'ਤੇ ਵੀ ਲੋਕਾਂ ਦੇ ਕਾਫੀ ਬੈਡ ਕਮੈਂਟਸ ਆਏ ਹੈ ਨਾ, ਤਾਂ ਜਦ ਤੁਹਾਨੂੰ ਪਹਿਲਾਂ ਕੋਈ ਨੈਗੇਟਿਵ ਕਮੈਂਟ ਆਇਆ ਹੋ ਤਾਂ ਤੁਹਾਨੂੰ ਅਜੀਜ਼ ਲੱਗੀ ਕਿ ਯਾਰ ਮੈਂ ਕਿਹੜੀ ਕਮੀ ਪੈ ਗਿਆ, ਲੋਕੀ ਤਾਂ ਬੈਡ ਕਮੈਂਟਸ ਕਰਦੇ ਨੇ? ਨਾ ਨਾ ਇੱਦਾਂ ਤਾਂ ਨਹੀਂ ਹੋਇਆ, ਪਰ ਉਦੋਂ ਇੱਕ ਕਹਿ ਸਕਦੇ ਇੰਨੀ ਮੈਚੋਰਿਟੀ ਨਹੀਂ ਸੀਗੀ, ਮੈਂ ਉਦੋਂ ਰਿਪਲਾਈ ਵੀ ਕਰ ਦਿੰਦਾ ਹੁੰਦਾ ਸੀ ਵੀ ਤੂੰ ਕੀ ਲੈਣਾ, ਤੈਨੂੰ ਕਿਹਨੇ ਹੱਕ ਦਿੱਤਾ ਗਾ, ਤੂੰ ਤੂੰ ਬਾਹਲਾ ਆਪ ਬਾਹਲਾ ਚੰਗਾ ਗਾ, ਤੂੰ ਦੁੱਧ ਧੋਤਾ ਗਾ ਮੈਨੂੰ ਕਹਿਣਾ, ਵੀ ਟਾਈਮ ਟੂ ਟਾਈਮ ਮਚਿਓਰ ਹੁੰਦੇ ਗਏ, ਅਤੇ ਹੁਣ ਭਾਵਾਂ ਮੈਂ ਤਾਂ ਕਹਿਣਾ ਕਮੈਂਟ 10 ਚੰਗੇ ਹੋਣ 100 ਮਾੜੇ ਹੋਣ, ਫਿਰ ਵੀ ਮੈਂ ਇਗਨੋਰ ਕਰਨੀ ਪਸੰਦ ਕਰੂੰਗਾ, ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਐਸੇ ਬੰਦੇ ਦਾ ਰਿਪਲਾਈ ਕਰਾਂ ਜਿਹੜਾ ਮੈਨੂੰ ਪਸੰਦ ਨਹੀਂ ਕਰਦਾ, ਉਹ ਉਹਦੇ ਉਹਦੇ ਹੱਥ 'ਚ ਹੈ ਨਾ, ਅਤੇ ਬਾਕੀ ਉਹ ਉਹਦੀ ਚੋਇਸ ਆ। ਹੁਣ ਹਰੇਕ ਨੂੰ ਹਰੇਕ ਬੰਦਾ ਤਾਂ ਪਸੰਦ ਆ ਨਹੀਂ ਸਕਦਾ, ਅਤੇ ਪੋਸੀਬਲ ਹੀ ਨਹੀਂ ਨਾ, ਤਾਂ ਆਪਾਂ ਇਗਨੋਰ ਕਰਨੀ ਪਸੰਦ ਕਰਾਂਗੇ। ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਗਾਣੇ ਆਏ ਨੇ ਹੈ ਨਾ, ਤਾਂ ਉਹ ਗਾਣੇ ਤੁਹਾਡੇ ਕਿਸ ਤਰੀਕੇ ਦਾ ਕੰਟੈਂਟ ਲੈ ਕੇ ਆਏ ਨੇ? ਗਾਣੇ ਜ਼ਿਆਦਾਤਰ ਮਤਲਬ ਪਹਿਲਾ ਗਾਣਾ ਆਇਆ ਸੀ ਜਿਹੜਾ ਕੁੜੀ ਦੀ ਤਾਰੀਫ ਕੀਤੀ ਸੀਗੀ,
ਕੁੜੀ ਨੂੰ ਇੱਕ ਸਾਹ ਦਾ ਤਾਨਾ ਮੀਨਾ ਵੀ ਮਾਰਿਆ ਸੀਗਾ ਹੈ ਨਾ, ਵੀ ਜੇ ਕੁੜੀ ਆ ਕਰੀਮ ਮੁੰਡਾ ਚੋਟੀ ਦਾ ਖਿਡਾਰੀ, ਸਿਰੇ ਦੀ ਰਕਾਨ ਇੱਕ ਗੀੜੀ ਨਾ ਠਾਰੀ, ਵੀ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਆ ਲਾਈ। ਅਤੇ ਬਾਕੀ ਜਿਹੜੇ ਗਾਣੇ ਲਿਖ ਕੇ ਦੇ ਰਹੇ ਹਾਂ ਅੱਗੇ ਭਰਾਵਾਂ ਨੂੰ ਹੈ ਨਾ, ਅਤੇ ਉਹ ਸਾਈਡ ਜ਼ਿਆਦਾ ਕੰਟੈਂਟ ਆਊਗਾ। ਅਤੇ ਆਪ ਕੁੜੀਆਂ ਦੀ ਤਾਰੀਫ 'ਚ ਚਿੱਲ ਵਾਈਬ ਇੱਦਾਂ ਦਾ ਕੁਛ ਜ਼ਿਆਦਾ ਕਰਦੇ। ਤੁਹਾਨੂੰ ਲੱਗਦਾ ਜਦੋਂ ਤੁਸੀਂ ਇੰਡਸਟਰੀ 'ਚ ਪੈਰ ਰੱਖਿਆ ਹੈ ਨਾ, ਕਿ ਕਿੰਨਾ ਕੁ ਡਿਫੀਕਲਟ ਹੋਊਗਾ ਤੁਹਾਡੇ ਲਈ? ਹਾਂ ਉਦੋਂ ਲੱਗਿਆ ਸੀ ਕਿ ਹੌਲੀ ਹੌਲੀ ਭੇਤ ਲੈਣ ਨੂੰ ਵੀ ਟਾਈਮ ਲੱਗ ਜਾਂਦਾ ਨਾ, ਤੁਹਾਨੂੰ ਪਤਾ ਹੌਲੀ ਹੌਲੀ ਚੀਜ਼ਾਂ ਘਰ ਕਰਦੀਆਂ ਬੰਦੇ ਦੇ ਅੰਦਰ। ਅਤੇ ਉਦੋਂ ਲੱਗਿਆ ਯਾਰ ਵੀ ਲੋਕ ਤਾਂ ਚਲਾਕ ਹੀ ਬਹੁਤ ਆ, ਮੈਨੂੰ ਤਾਂ ਕੁਛ ਵੀ ਨਹੀਂ ਪਤਾ। ਉਦੋਂ ਪਿੰਡ ਵਹਿਮ ਸੀ ਵੀ ਹਾਂ ਮੈਂ ਹੀ ਹਾਂ, ਫਲੋਪ ਹੀ ਆ। ਅਤੇ ਇੱਥੇ ਆ ਕੇ ਪਤਾ ਲੱਗਿਆ ਨਹੀਂ ਯਾਰ ਆਪਾਂ ਤਾਂ ਕੁਛ ਵੀ ਨਹੀਂ, ਲੋਕ ਚਲਾਕ ਹੀ। ਤੁਹਾਨੂੰ ਵੀ ਪਤਾ ਬਹੁਤ ਚਲਾਕ ਨੇ ਇੱਥੋਂ ਲੋਕ, ਮੋਹਾਲੀ ਦੇ ਚੰਡੀਗੜ੍ਹ ਦੇ ਨਾ, ਇੱਥੋਂ ਲਾ ਲਓ। ਬਾਕੀ ਜਦੋਂ ਵੀ ਬੰਦਾ ਬਾਹਰ ਨਿਕਲਦਾ ਅਸਲ ਜਿਹੜੀ ਦੁਨੀਆਦਾਰੀ ਦੀ ਸਮਝ ਆ ਇੱਥੋਂ ਹੀ ਆਉਂਦੀ ਆ, ਅਤੇ ਸਾਨੂੰ ਵੀ ਇੱਥੋਂ ਹੀ ਆਈ। ਹੁਣ ਪੜ੍ਹਿਆ ਤਾਂ ਮੈਂ ਵੀ ਬਾਹਰ ਹੀ ਹਾਂ, ਪਰ ਜਿਹੜੀਆਂ ਚੀਜ਼ਾਂ ਸਕੂਲ 'ਚ ਸਿੱਖ ਸਕਦਾ ਬੰਦਾ, ਮੈਂ ਕਹਿੰਦਾ ਉਦੋਂ ਕਿਤੇ 100 ਗੁਣਾ ਵਧੀਆ ਇੱਥੇ ਦੁਨੀਆਦਾਰੀ 'ਚ ਲੋਕਾਂ 'ਚ ਵਿਚਰ ਕੇ ਹੈ ਨਾ, ਉਹ ਇੱਥੇ ਸਿੱਖ ਸਕਦਾ ਵੀ ਕਿੱਦਾਂ ਉੱਠਣਾ ਬਹਿਣਾ, ਕਿੱਦਾਂ ਗੱਲ ਕਰਨੀ ਆ। ਬਾਕੀ ਦਿਮਾਗ ਸ਼ਾਰਪ ਕਰਤਾ, ਸ਼ਾਰਪ ਸ਼ਾਰਪ ਲੋਕਾਂ ਨੂੰ ਮਿਲਦੀ ਆ, ਤੁਹਾਨੂੰ ਵੀ ਪਤਾ ਹਰੇਕ ਆਪਦਾ ਮਤਲਬ ਕੱਢਣ ਨੂੰ ਇੱਥੇ ਤੁਰਿਆ ਕਰਤਾ। ਉਹ ਮੈਂ ਤਾਂ ਕਹਿਣਾ ਇੱਥੇ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖ ਸਕਦੇ ਆਪਾਂ ਲੋਕਾਂ 'ਚ। ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਕੀ ਡਿਫਰੈਂਸ ਤੁਸੀਂ ਦੇਖਿਆ? ਡਿਫਰੈਂਸ ਆਪਦੇ ਆਪ 'ਤੇ ਵੀ ਕੰਮ ਕੀਤਾ ਨਾ, ਵੀ ਇੰਪਰੂਵਮੈਂਟ ਆਵੇ। ਪਹਿਲਾਂ ਚੀਜ਼ ਚਲਾਉਣ 'ਤੇ ਜ਼ੋਰ ਹੁੰਦਾ ਸੀ ਵੀ ਚੀਜ਼ ਚਲਾਈਏ, ਹੁਣ ਕੰਟੈਂਟ ਵਧੀਆ ਬਣਾਉਣ 'ਤੇ ਜ਼ੋਰ ਆ, ਵੀ ਚੀਜ਼ 'ਚ ਨਿਖਾਰ ਆਵੇ, ਦਿਨੋਂ ਦਿਨ ਇੰਪਰੂਵਮੈਂਟ ਆਵੇ। ਜੇ ਕੱਲ੍ਹ ਨੂੰ 10 ਜਣੇ ਸੁਣ ਰਿਹਾ, ਅੱਜ 20 ਜਣੇ ਸੁਣਨ ਹੈ ਨਾ, ਜੇ ਕੱਲ੍ਹ 10 ਸੁਣ ਰਹੇ ਸੀ ਅੱਜ 20 ਸੁਣਨ, ਕੱਲ੍ਹ ਨੂੰ 40 ਸੁਣਨ, ਜਿੰਨੇ ਕੁ ਵੀ ਸੁਣਨ ਸੁਣਨ ਮੈਨੂੰ ਹੀ। ਵੀ ਹੁਣ ਐਂ ਨਹੀਂ ਗਾ ਵੀ ਯਾਰ ਚੀਜ਼ ਚਲਾਉਣੀ ਹੈ ਨਾ, ਹੁਣ ਐਂ ਆ ਵੀ ਵਧੀਆ ਕੰਟੈਂਟ ਹੋਵੇ, ਵੀ ਆਪਦੇ ਦਿਲ ਨੂੰ ਸੈਟਿਸਫੈਕਸ਼ਨ ਹੋਵੇ ਵੀ ਆਹ ਚੀਜ਼ ਮੈਂ ਬਣਾਈ ਆ ਅਤੇ ਬਹੁਤ ਸੋਹਣੀ ਬਣਾਈ ਆ। ਤਾਂ ਹੁਣ ਤੱਕ ਕੋਈ ਤੁਹਾਡੀ ਇਹੋ ਜਿਹੀ ਚੀਜ਼ ਜਿਹੜੀ ਫਲੋਪ ਗਈ ਹੋਵੇ? ਨਹੀਂ, ਫਲੋਪ ਤਾਂ ਨਹੀਂ ਕੁਛ ਗਿਆ ਬਾਬਾ ਜੀ ਦੀ ਕਿਰਪਾ ਨਾਲ, ਬਾਕੀ ਆਡੀਅੰਸ ਪਿਆਰ ਹੀ ਇੰਨਾ ਕਰਦੀ ਆ ਵੀ ਫਲੋਪ ਜਾਣ ਨਹੀਂ ਹੁੰਦੀ। ਅਤੇ ਯਾਰ ਦੋਸਤ ਸਾਰੇ ਭਰਾ ਸਪੋਰਟ ਕਰਦੇ ਆ, ਕੁਛ ਫਲੋਪ ਹੋਣ ਹੀ ਨਹੀਂ ਦਿੰਦੇ, ਬਾਕੀ ਉਹ ਉੱਤੇ ਬੈਠਾ ਬਾਬਾ, ਉਹੀ ਆਪਣਾ। ਤਾਂ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਆਪਣੀ ਇੱਕ ਵਧੀਆ ਜਿਹੀ ਸ਼ਾਇਰੀ ਸੁਣਾ ਦਿਓ। ਸ਼ਾਇਰੀ ਇੱਕ ਦੋ ਗੱਲਾਂ ਹੀ ਸੁਣਾ ਦਿੰਦਾ ਮੈਂ ਤੁਹਾਨੂੰ, ਜਿੱਦਾਂ ਬਾਕੀ ਮੈਂ ਸਾਰਿਆਂ ਨੂੰ ਸਾਰੀ ਆਡੀਅੰਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜੇ ਖੁਸ਼ ਰਹਿਣਾ ਕਿਸੇ ਵੀ ਬੰਦੇ ਤੋਂ ਕਿਸੇ ਵੀ ਤਰ੍ਹਾਂ ਦੀ ਐਕਸਪੈਕਟੇਸ਼ਨਸ ਉਮੀਦਾਂ ਤਾਂ ਰੱਖੋ ਹੀ ਨਾ। ਜੇ ਤੁਹਾਨੂੰ ਉਮੀਦ ਹੋਊਗੀ ਕਿਸ ਤੋਂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਵੀ ਹਾਂ ਮੈਨੂੰ ਪਿਆਰ ਮਿਲੂਗਾ ਬਦਲੇ 'ਚ, ਫਿਰ ਹੀ ਦੁੱਖ ਹੋਊਗਾ ਹੈ ਨਾ, ਓਬੀਅਸ ਜੀ ਗੱਲ ਆ। ਕਿਸ ਤੋਂ ਉਮੀਦ ਹੀ ਨਾ ਰੱਖੋ, ਬਾਕੀ ਜਿਹੜਾ ਭਰ ਸ਼ਬਦ ਆ ਇਹਨੂੰ ਨਾ ਆਉਣ ਦਿਓ ਆਪਦੀ ਲਵ ਲਾਈਫ 'ਚ, ਆਪਦੀ ਯਾਰੀ ਦੋਸਤੀ 'ਚ। ਤੁਹਾਨੂੰ ਪਤਾ ਕਿੰਨੀਆਂ ਚੀਜ਼ਾਂ ਆਉਂਦੀਆਂ ਨਾ, ਛੋਟਾ ਸ਼ਬਦ ਪਰ ਮੈਂ ਯਾਰ ਪਿਆਰ ਤਾਂ ਕਰਦੀ ਹਾਂ, ਪਰ ਮੈਂ ਵਿਆਹ ਤਾਂ ਕਰਾਉਣਾ ਤੇਰੇ ਨਾਲ, ਪਰ ਬਾਹਲਾ ਕੁਛ ਹੋ ਜਾਂਦਾ ਨਾ। ਅਤੇ ਮੁੰਡਾ ਵੀ ਬਾਅਦ 'ਚ ਕਹਿੰਦਾ ਵੀ ਪਿਆਰ ਤਾਂ ਮੈਂ ਵੀ ਕਰਦਾ, ਪਰ ਵੀ ਪਰ ਨਾ ਆਉਣ ਦਿਓ। ਅਤੇ ਦੂਜੀ ਗੱਲ ਉਮੀਦਾਂ ਦਾ ਕਿਸ ਤੋਂ ਰੱਖੋ ਹੀ ਨਾ, ਕਿਉਂਕਿ ਜਦੋਂ ਸੁਪਨੇ ਟੁੱਟਦੇ ਆ ਬੰਦਾ ਅੰਦਰੋਂ ਉਦੋਂ ਹੀ ਟੁੱਟਦਾ ਹੈਗਾ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸੁੱਖ ਸਾਡੇ ਸਟੂਡੀਓ 'ਚ ਆਉਣ ਦਾ। ਤਾਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਪੰਜਾਬੀ ਪੋਰਟਲੀ 'ਤੇ, ਅਤੇ ਨਵੇਂ ਨਵੇਂ ਉਭਰਦੇ ਹੋਏ ਆਰਟਿਸਟ ਨਾਲ ਤੁਹਾਨੂੰ ਅਸੀਂ ਇੱਦਾਂ ਹੀ ਮਿਲਵਾਉਂਦੇ ਰਹਾਂਗੇ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਦੇਖਦੇ ਰਹੋ ਪੰਜਾਬੀ ਪੋਰਟਲੀ।